ਮੀਂਹ ਆਇਆ ਸੀ ਲੈ ਵੀਰੇ ਜਲਦੀ ਨਾਲ ਦੋਵੇਂ ਟੀਮਾਂ ਜਿਹੜੀਆਂ ਮੈਚ ਜਿਹੜਾ ਪਲੇ ਕਰ ਲੈਣ ਮੇਰੀ ਬੇਨਤੀ ਹੈ ਦੋਵੇਂ ਟੀਮਾਂ ਨੂੰ ਪਾਣੀ ਆਪਣੇ ਕੋਲ ਪਿਆ ਹੈ ਆਪਾਂ ਸ਼ੁਰੂਆਤ ਜਿਹੜੀ ਕਰਦੀ ਹੈ ਜਲਦੀ ਦੇ ਨਾਲ ਇਹਨੂੰ ਵਾਟਰ ਕੂਲਰ ਨੂੰ ਖੋਲੀ ਕਰਨਾ ਛੇਤੀ ਲਾ ਉਸ ਸਾਹਮਣੇ ਦੇਖੇਗੇ ਮੈਚ ਦੀ ਕਦੇ ਸ਼ੁਰੂਆਤ ਜਿਹੜੀ ਹੋਵੇਗੀ ਗਰਾਊਂਡ ਦੇ ਵਿੱਚ शेर पूरा खंडा खड़कू आ गया मनीष गंगा नगरिया टीम आई है चाली मुक्त पावन धरती है ਰੰਗਲੇ ਪੰਜਾਬ ਦੀ ਧਰਤੀ ਦੇ ਮੁੰਡੇ ਕਹਿੰਦੇ ਭਾਈ ਕਿਹੜਾ ਪਿੰਡ ਹੈ ਖਿਡਾਰੀਆਂ ਦਾ ਤੇ ਭਾਈ ਕਿਹੜੇ ਦੀ ਟੀਮ ਆਪਾਂ ਦੇਖ ਰਹੀਏ ਬਾਲ ਪਾਉਣ ਲਈ ਕਹਿੰਦੇ ਤਿਆਰ ਬਰ ਤਿਆਰ ਹੈ ਤੇ ਦੂਜੇ ਪਾਸੇ ਕਹਿੰਦੇ ਰਾਜਸਥਾਨ ਦੀ ਕਹਿੰਦੇ ਟੀਮ ਗੰਗਾਨਗਰ ਦੇ ਏਰੀਏ ਦੇ ਮੁੰਡੇ ਹੈ ਪਾਂਜੀ ਦੀ ਟੀਮ ਆਪਾਂ ਦੇਖਾਂਗੇ ਖੇਡ ਦੇ ਮੈਦਾਨ ਦੇ ਵਿੱਚ ਕਹਿੰਦੇ ਖੇਡਦੀ ਹੋਈ ਹੈ ਜਿਹੜੇ ਪਿੰਡਾਂ ਦੇ ਨਾਮ ਕਹਿੰਦੇ ਉਹ ਮੋਗਿਆਂ ਤੋਂ ਕਹਿੰਦੇ ਰੱਖੇ ਗਏ ਹੈ ਤੇ ਕਹਿੰਦੇ ਗੱਲਾਂ ਕਹਿੰਦੇ ਟਿਕਾਣੇ ਲੱਗਦੀਆਂ ਹੈ ਜਿਹੜੇ ਦੋ ਖਿਡਾਰੀ ਕਹਿੰਦੇ ਪਿੱਚ ਦੇ ਆ ਕੇ ਖੜ ਗਏ ਸਟ੍ਰਾਈਕ ਦੇ ਉੱਤੇ ਕਹਿੰਦੇ ਮਨੀਸ਼ ਨਾਮ ਹੈ ਮੁੰਡੇ ਦਾ ਤੇ ਪਾਂਜੀ ਪਿੰਡ ਦਾ ਖਿਡਾਰੀ ਦਾ ਲੰਮਾ ਸਮਾਂ ਗੰਗਾਨਗਰ ਦੀ ਟੀਮ ਲਈ ਖੇਡਿਆ ਪਰ ਰਹਿਣ ਬਸੇਰੇ ਕਹਿੰਦੇ ਪੱਕੇ ਤੌਰ ਤੇ ਪਾਂਜੀ ਕਰ ਲਏ ਮੁੰਡੇ ਨੇ ਤੇ ਨਾਲ ਕਹਿੰਦੇ ਖਾਟਾਂ ਦੀ ਧਰਤੀ ਦਾ ਕਹਿੰਦੇ ਮੰਥਨ ਜਿਹੜਾ ਕਹਿੰਦੇ ਖੇਡ ਦੇ ਮੈਦਾਨ ਦੇ ਵਿੱਚ ਆਪਾਂ ਦੇਖੇਂਗੇ ਆ ਗਿਆ ਤੇ ਪਹਿਲਾ ਓਵਰ ਜਿਹੜੇ ਖਿਡਾਰੀ ਨੇ ਪਾਉਣਾ ਹੈ ਇਹ ਮੁੰਡੇ ਦਾ ਭਾਈ ਕਿਹੜਾ ਪਿੰਡ ਤੇ ਪਾਚੀ ਪਾਚੀ ਦੁਨੀਆ ਕਹਿੰਦੀ ਮੁੰਡੇ ਨੂੰ ਇਹ ਆ ਪਾਚੀ ਕਹਿੰਦੇ ਭਾਈ ਕਿਰ ਦੀ ਧਰਤੀ ਦਾ ਲਾ ਉਸ ਸਮੇਂ ਦੇਖੇ ਪਹਿਲੀ ਵਾਰ ਪਾਉਣ ਲਈ ਕਹਿੰਦੇ ਤਿਆਰ ਬਰ ਤਿਆਰ ਹੈ ਆਓ ਖੇਡ ਦੇ ਮੈਦਾਨ ਦੇ ਵਿੱਚ ਟੁੱਟ ਜਾਂਦੀ ਏਡੀ ਤਾਂ ਹਵਾ ਚੱਲੀ ਜਾਂਦੀ ਹੈ ਲਾ ਉਸ ਸਮੇਂ ਦੇਖੇਗੇ ਬਾਲ ਪਾਉਣ ਦੇ ਲਈ ਕਹਿੰਦੇ ਪਾਚੀ ਕਹਿੰਦੇ ਤਿਆਰ ਬਰ ਤਿਆਰ ਹੈ ਆਓ ਮੁੰਡਾ ਦੇਖੇਗੇ ਭਾਈ ਕਿਰ ਦੀ ਧਰਤੀ ਦਾ ਖੇਡ ਦੇ ਮੈਦਾਨਾਂ ਦੇ ਵਿੱਚ ਦੂਜੇ ਪਾਸੇ ਕਹਿੰਦੇ ਮਨੀਸ਼ ਹੈ ਜਿਹੜਾ ਕਹਿੰਦੇ ਸਟ੍ਰਾਈਕ ਕਹਿੰਦੇ ਕਰ ਰਿਹਾ ਹੈ ਦੋਵੇਂ ਖਿਡਾਰੀ ਕਹਿੰਦੇ ਕਈ ਮੇਲੇ ਦੇ ਕਹਿੰਦੇ ਬੈਸਟ ਨਵਾਜੇ ਗਏ ਹੈ ਤੇ ਕਈ ਮੇਲੇ ਕਹਿੰਦੇ ਆਪਣੇ ਦਮ ਤੇ ਜਿੱਤੇ ਮੁੰਡੇ ਅੜੀ ਲਾਓ ਸਾਹਮਣੇ ਪਹਿਲੀ ਬਾਲ ਤੇ ਖੇਡ ਦਿੱਤਾ ਸ਼ਾਟ ਮਨੀਸ਼ ਨੇ ਰਨ ਆਪਾਂ ਦੇਖਾਂਗੇ ਜਿਹੜੇ ਪਹਿਲੀ ਬਾਲ ਤੇ ਇੱਕ ਦੇ ਵਾਧੇ ਲਾਓ ਸਾਹਮਣੇ ਮਨੀਸ਼ ਨੇ ਕਹਿੰਦੇ ਕਰ ਦਿੱਤੇ ਆਪਣੀ ਕਹਿੰਦੇ ਟੀਮ ਦੇ ਲਈ ਆਹ ਮੁੰਡੇ ਦਾ ਕਹਿੰਦੇ ਖਾਟ ਲਵਾਣਾ ਪਿੰਡ ਹੈ ਇਹ ਆ ਮੰਥਨ ਕਹਿੰਦੇ ਖਾਟਾਂ ਦੀ ਧਰਤੀ ਦਾ ਜਿਹੜਾ ਕਹਿੰਦੇ ਸਾਹਮਣੇ ਕਹਿੰਦੇ ਸਟ੍ਰਾਈਕ ਕਹਿੰਦੇ ਕਰਦਾ ਆਇਆ ਹੈ ਖੇਡ ਦੇ ਮੈਦਾਨ ਦੇ ਵਿੱਚ ਆਪਾਂ ਦੇਖੇਗੀ ਚਾਲੀ ਮੁਕਤਾਂ ਦੀ ਧਰਤੀ ਦਾ ਕਹਿੰਦੇ ਮੁੰਡਾ ਬਾਲ ਪਾਉਣ ਦੇ ਲਈ ਕਹਿੰਦੇ ਤਿਆਰ ਬਰ ਤਿਆਰ ਹੈ ਜਿੱਥੋਂ ਦੀ ਕਹਿੰਦੇ ਮਾਘੀ ਬੜੀ ਪ੍ਰਸਿੱਧ ਹੈ ਤੇ ਗੱਲਾਂ ਕਹਿੰਦੇ ਦੂਰ ਦਰਾਡੇ ਤੱਕ ਹੁੰਦੀ ਕਿ ਪਿੰਡਾਂ ਵਿੱਚ ਪਿੰਡ ਸੁਣੀਦਾ ਪਿੰਡ ਸੁਣੀਦਾ ਲੱਲੀ ਹੈ ਉੱਥੋਂ ਦੇ ਬਲਦ ਸੁਣੀਦੇ ਗੱਲ ਜਿਨ੍ਹਾਂ ਦੇ ਟੱਲੀ ਹੈ ਤੇ ਭੱਜ ਭੱਜ ਕੇ ਮੱਕੀ ਬੀਜਦੇ ਆਓ ਗਿੱਠ ਗਿੱਠ ਲੰਮੀਆਂ ਛੱਲੀਆਂ ਆ ਮੇਲੇ ਮੁਕਤਸਰ ਦੇ ਤੇ ਦੋ ਮਟਿਆਰਾਂ ਚੱਲੀ ਹੈ ਆਓ ਮੇਲੇ ਮੁਕਤਸਰ ਦੇ ਆ ਦੋ ਮਟਿਆਰਾਂ ਚੱਲੀ ਹੈ ਸਾਹਮਣੇ ਦੇਖੇਗੇ ਕਰਨ ਦੇ ਜਿਹੜੇ ਕਹਿੰਦੇ ਕਰ ਦਿੱਤੇ ਖਿਡਾਰੀ ਨੇ ਜਿਹੜਾ ਲਾਸਟ ਪ੍ਰੀ ਕੁਆਟਰ ਫਾਈਨਲ ਮੈਚ ਜਿਹੜਾ ਕਹਿੰਦੇ ਖੇਡਿਆ ਜਾ ਰਿਹਾ ਗਰਾਊਂਡ ਦੇ ਵਿੱਚ ਬਾਲ ਪਾਉਣ ਲਈ ਕਹਿੰਦੇ ਭਾਈ ਕਿਰੇ ਦੀ ਧਰਤੀ ਦਾ ਕਹਿੰਦੇ ਪਾਚੀ ਜਿਹੜਾ ਕਹਿੰਦੇ ਤਿਆਰ ਬਰ ਤਿਆਰ ਹੈ ਆਓ ਖੇਡ ਦੇ ਮੈਦਾਨ ਦੇ ਵਿੱਚ ਹੈ ਤੇ ਮਨੀਸ਼ ਹੈ ਕਹਿੰਦੇ ਮੁੰਡਾ ਪਾਂਜੀ ਪਿੰਡ ਵਾਲਾ ਹੈ ਜਿਹੜਾ ਕਹਿੰਦੇ ਸਾਹਮਣੇ ਕਹਿੰਦੇ ਕਰ ਰਿਹਾ ਹੈ ਲਾਓ ਸਾਹਮਣੇ ਪੈਗੀ ਬਾਲ ਤੇ ਖੇਡ ਦਿੱਤਾ ਸ਼ਾਟ ਹੈ ਆਓ ਪਾਂਜੀ ਵਾਲਾ ਹੈ ਮਨੀਸ਼ ਹੈ ਮੁੰਡਾ ਹੈ ਵੀਰੇ ਕਮਾਲ ਕਹਿੰਦੇ ਕਰ ਦਿੱਤੀ ਗਰਾਊਂਡ ਦੇ ਵਿੱਚ ਹੈ ਲੰਮਾ ਸਮਾਂ ਪਹਿਲਾਂ ਗਰਾਊਂਡੋਂ ਤੋਂ ਦੂਰ ਰਿਹਾ ਮੁੰਡਾ ਹੈ ਪਰ ਜਦੋਂ ਹੀ ਵਾਪਸੀ ਕੀਤੀ ਇਹਨੇ ਤੇ ਬੜੀ ਤਕੜੀ ਵਾਪਸੀ ਕੀਤੀ ਮੁੰਡੇ ਨੇ ਆਓ ਸਾਹਮਣੇ ਦੇਖੇਗੇ ਵਾਕਈ ਡਾਕਟਰਾਂ ਨੇ ਪਹਿਲਾਂ ਰੋਟੀ ਤੋਂ ਪਰਹੇਜ ਰੱਖਿਆ ਹੈ ਤੇ ਕਹਿੰਦੇ ਫਿਰ ਕਹਿੰਦੇ ਵਾਪਸੀ ਕਹਿੰਦੇ ਮੁੰਡੇ ਨੇ ਇੱਕ ਮਿਹਨਤ ਕਰਕੇ ਇਹਨਾਂ ਖੇਡ ਗਰਾਊਂਡ ਵਿੱਚ ਕੀਤੀ ਹੈ ਇਹ ਆ ਕਹਿੰਦੇ ਮੁੰਡਾ ਮਨੀਸ਼ ਹੈ ਆਓ ਸਾਹਮਣੇ ਪਾਂਜੀ ਪਿੰਡ ਦਾ ਹੈ ਰਣ ਕਹਿੰਦੇ ਛੇ ਜੋੜਦਾ ਹੈ ਬਾਲ ਪੈ ਰਹੀ ਹੈ ਆਓ ਪਾਚੀ ਵੀ ਪਰ ਗੰਗਾ ਨਗਰੀ ਹੈ ਆਓ ਸਾਹਮਣੇ ਕਹਿੰਦੇ ਕਮਾਲ ਕਰ ਰਿਹਾ ਹੈ ਖੇਡ ਦੇ ਮੈਦਾਨ ਦੇ ਵਿੱਚ ਆਓ ਰਣ ਜਿਹੜੇ ਛੇ ਜੋੜ ਦਿੱਤੇ ਹੈ ਕਿ ਪੰਜ ਸੱਤ ਖੋਖੇ ਰੇੜ ਤੇ ਨਾਲੇ ਮਾਜਦਾ ਪੱਗਾਂ ਦਾ ਲਲਾਰੇ ਆਓ ਪੰਜ ਸੱਤ ਖੋਖੇ ਰੇੜ ਤੇ ਨਾਲੇ ਮਾਜਦਾ ਪੱਗਾਂ ਦਾ ਲਲਾਰੇ ਆਓ ਸਾਹਮਣੇ ਰਣ ਜਿਹੜੇ ਛੇ ਜਿਹੜੇ ਕਹਿੰਦੇ ਜੋੜ ਦਿੱਤੇ ਹੈ ਲੈ ਭਾਈ ਕਿਰੇ ਵਾਲਿਆ ਆਓ ਹੱਲ ਕਰ ਲੈ ਕੋਈ ਨਾ ਕੋਈ ਮੁੰਡੇ ਦਾ ਨਹੀਂ ਤੇ ਕਹਿੰਦੇ ਮੁੰਡਾ ਗੰਗਾ ਨਗਰੀ ਹੈ ਆਓ ਸਾਹਮਣੇ ਰਹਿੰਦੀਆਂ ਬਾਲਾਂ ਦੇ ਵਿੱਚ ਇੱਕ ਵੱਡਾ ਟਾਰਗੇਟ ਸੈੱਟ ਕਰੋ ਇਹ ਗੱਲ ਜਿਹੜੀ ਪੱਕੀ ਹੈ ਪੈਗੀ ਬਾਲ
आओ सामने की ट्राई है आप पीता है आओ भाई किरे पिंड है जब तक बाल न फील्ड करना है ते बाल आप देखेंगे जी डॉट पै गई है खेल के मैदान झोड़ा वाले काके का कहते वाडा धन्यवाद है जेड़ा कहते कबड्डी सेवा साहब ने खेल मेले के उपर पानी दे बहुत वाडा धन्यवाद है खड़े सी बने शिकंदर है आओ गंगा नगरी है कमाल कर रहा है पहला ओवर समाप्त ते 20 रन बन गए एक ओवर तो बाद जेड़े 20 रन कहते बन चुके हैं आओ पहले देखेंगे ਜਿਹੜੇ ਵੀਹ ਰਨ ਕਹਿੰਦੇ ਬਣ ਚੁੱਕੇ ਹੈ ਆਹ ਖੇਡ ਦੇ ਮੈਦਾਨ ਦੇ ਵਿੱਚ ਅਗਲਾ ਓਵਰ ਪਾਉਣ ਲਈ ਆ ਮੁੰਡੇ ਨਾਲ ਕਹਿੰਦੇ ਜਿਹੜੇ ਫਰੀਦਕੋਟ ਦੀ ਧਰਤੀ ਹੈ ਤੇ ਜਿਉਣ ਵਾਲਾ ਪਿੰਡ ਹੈ ਇਹ ਆ ਕਹਿੰਦੇ ਅੰਬਰ ਜਿਉਣ ਵਾਲੀ ਧਰਤੀ ਦਾ ਹੈ ਲਓ ਸਾਹਮਣੇ ਦੇਖਾਂਗੇ ਬਾਲ ਪਾਉਣ ਦੇ ਲਈ ਤਿਆਰ ਬਰ ਤਿਆਰ ਹੈ ਜਿਹੜੀ ਰੋਹਿਤ ਲਾਲਗੜ੍ਹ ਬਾਈ ਕੱਲ ਆਇਆ ਸੀ ਇਹ ਤਾਂ ਬਾਗੇ ਦਾ ਮੋਗੇ ਨਾਲ ਜੋੜਦੀ ਹੈ ਨਾ ਉਸ ਰੋਡ ਦੇ ਕਰਕੇ ਪੰਜ ਗਰਾਈ ਕਰਾਂ ਦੇ ਲਾਗੇ ਕਰਕੇ ਔਰਖਾਂ ਦੇ ਲਾਗੇ ਕਰਕੇ ਆ ਮੁੰਡੇ ਦਾ ਕਹਿੰਦੇ ਜਿਉਣ ਵਾਲਾ ਪਿੰਡ ਹੈ ਇਹ ਆ ਕਹਿੰਦੇ ਅਮਰਤਪਾਲ ਸਿੰਘ ਅੰਬਰ ਆਓ ਜਿਉਣਲ ਦੀ ਧਰਤੀ ਦਾ ਕਹਿੰਦੇ ਮੁੰਡਾ ਬਾਲ ਪਾਉਣ ਦੇ ਲਈ ਵੱਧ ਆਇਆ ਹੈ ਪਰ ਕਹਿੰਦੇ ਖਾਣ ਲਵਾਣਾ ਪਿੰਡ ਦਾ ਕਹਿੰਦੇ ਮੰਥਨ ਜਿਹੜਾ ਕਹਿੰਦੇ ਸਾਹਮਣੇ ਕੋਲ ਆਇਆ ਹੈ ਲਓ ਸਾਹਮਣੇ ਕੀਤੀ ਟਰਾਈ ਹੈ ਖੇਡ ਦਿੱਤਾ ਸ਼ਾਟ ਰਣ ਜਿਹੜੇ ਚਾਰ ਦੇ ਕਹਿੰਦੇ ਵਾਧੇ ਲਓ ਸਾਹਮਣੇ ਕਹਿੰਦੇ ਕਰ ਦਿੱਤੇ ਮੁੰਡੇ ਦੇ ਖੇਡ ਦੇ ਮੈਦਾਨ ਦੇ ਵਿੱਚ ਜਿਉਣ ਵਾਲੀ ਨੇ ਕਹਿੰਦੇ 10 ਮੋਟਰਸਾਈਕਲ ਜਿੱਤੇ ਹੈ ਇੱਕ ਬੁਲਟ ਮੋਟਰਸਾਈਕਲ ਜਿੱਤੇ ਮੁੰਡੇ ਨੇ ਇੱਕ ਕਹਿੰਦੇ ਗੱਡੀ ਦਾ ਜੇਤੂ ਹੈ ਪਰਾਓ ਸਾਹਮਣੇ ਖਾਟ ਵਾਲੇ ਨੇ ਕਹਿੰਦੇ ਐਲਈਡੀਆਂ ਜਿੱਤੀਆਂ ਤੇ ਕਹਿੰਦੇ ਟੀਵੀ ਚ ਦੁਨੀਆ ਨਚਾਈ ਮੁੰਡੇ ਨੇ ਲਾਓ ਸਾਹਮਣੇ ਬਾਲ ਪਾਉਣ ਦੀ ਫੇਰ ਖਿਡਾਰੀ ਕਹਿੰਦੇ ਤਿਆਰ ਫਰ ਤਿਆਰ ਹੈ ਆਓ ਟਰਾਈ ਕਹਿੰਦੇ ਵੱਡੀ ਹੈ ਪਰ ਬਾਲ ਜਿਹੜੀ ਵਾਈਡ ਹੋ ਗਈ ਹੈ ਇੱਕ ਐਕਸਟਰਾ ਸਕੋਰ ਆਪਾਂ ਦੇਖਾਂਗੇ ਜਿਹੜਾ ਕਹਿੰਦੇ ਜਾ ਜੜਿਆ ਹੈ ਇੱਕ ਐਕਸਟਰਾ ਸਕੋਰ ਦੇ ਕਹਿੰਦੇ ਵਾਧੇ ਜਿਹੜੇ ਖੇਡ ਦੇ ਮੈਦਾਨ ਦੇ ਵਿੱਚ ਹੈ ਆਓ ਸਾਹਮਣੇ ਕਹਿੰਦੇ ਹੋ ਚੁੱਕੇ ਹੈ ਹਾਲਾਂ ਕਹਿੰਦੇ ਜਿਉਣ ਵਾਲੀ ਮੁੰਡੇ ਦੀਆਂ ਕਹਿੰਦੇ ਪੈਰੀਆਂ ਨੇ ਤੇ ਟਾਈ ਕਹਿੰਦੇ ਫੇਰ ਕੀਤੀ ਮੁੰਡੇ ਨੇ ਪਰ ਬਾਲ ਆਪਾਂ ਦੇਖਾਂਗੇ ਜਿਹੜੀ ਡਾਟ ਪੈ ਗਈ ਹੈ ਆਓ ਖੇਡ ਦੇ ਮੈਦਾਨ ਦੇ ਵਿੱਚ ਆਪਾਂ ਦੇਖਾਂਗੇ ਬਾਲ ਜਿਹੜੀ ਕਹਿੰਦੇ ਡਾਟ ਪੈ ਗਈ ਹੈ ਲਓ ਸਾਹਮਣੇ ਦੇਖਾਂਗੇ ਜਿਉਣ ਵਾਲੀ ਅੰਬਰ ਬਾਲ ਪਾਉਣ ਦੇ ਲਈ ਕਹਿੰਦੇ ਫੇਰ ਕਹਿੰਦੇ ਵੱਧ ਆਇਆ ਆਪਣੀ ਕਹਿੰਦੇ ਟੀਮ ਦੇ ਲਈ ਪੈ ਗਈ ਬਾਲ ਵਾਹ ਜਿਉਣ ਵਾਲੀ ਹੈ ਬਾਲ ਕਹਿੰਦੇ ਟਿਕਾਣੇ ਦੀ ਹੈ ਪਰ ਇੱਕ ਰਨ ਦੇ ਵਾਅਦੇ ਕਰ ਦਿੱਤੇ ਮੁੰਡੇ ਨੇ ਆਓ ਖੇਡ ਦੇ ਮੈਦਾਨਾਂ ਦੇ ਵਿੱਚ ਜਿਹੜੇ ਕਹਿੰਦੇ ਇੱਕ ਰਨ ਦੇ ਕਹਿੰਦੇ ਵਾਅਦੇ ਲਓ ਸਾਹਮਣੇ ਦੇਖਾਂਗੇ ਕਰ ਦਿੱਤੇ ਮੁੰਡੇ ਨੇ ਜਿਹੜੇ ਕਹਿੰਦੇ ਆਪਣੀ ਟੀਮ ਦੇ ਲਈ ਬਾਲ ਪਾਉਣ ਦੇ ਲਈ ਕਹਿੰਦੇ ਫੇਰ ਆਓ ਸਾਹਮਣੇ ਦੇਖਾਂਗੇ ਮੁੰਡਾ ਕਹਿੰਦੇ ਵਾਅਦਾ ਆਇਆ ਆਪਣੀ ਟੀਮ ਦੇ ਲਈ ਜਿਉਣ ਵਾਲੀ ਹੈ ਕਹਿੰਦੇ ਅੰਬਰ ਵਾਲਾ ਪਾਉਂਦਾ ਹੈ ਪਰ ਕਹਿੰਦੇ ਮਨੀਸ਼ ਆਓ ਸਾਹਮਣੇ ਸਟ੍ਰਾਈਕ ਆ ਰਿਹਾ ਹੈ ਤੇ ਟਰਾਈ ਕਹਿੰਦੇ ਫੇਰ ਵੱਡੀ ਹੈ ਬਾਲ ਜਿਹੜੀ ਕਹਿੰਦੇ ਟਿਕਾਣੇ ਦੀ ਪਾਤੀ ਮੁੰਡੇ ਨੇ ਆਓ ਖੇਡ ਦੇ ਮੈਦਾਨ ਦੇ ਵਿੱਚ ਆਪਾਂ ਦੇਖਾਂਗੇ ਬਾਲ ਜਿਹੜੀ ਕਹਿੰਦੇ ਟਿਕਾਣੇ ਤੇ ਆਓ ਸਾਹਮਣੇ ਕਹਿੰਦੇ ਕਰ ਦਿੱਤੀ ਮੁੰਡੇ ਨੇ ਕਿ ਸਾਨੂੰ ਖੇਡਣਾ ਪ੍ਰੀਤ ਹੈ ਫਿੱਟ ਰੱਖੀਏ ਤਵੀਤ ਹੈ ਗੇਮਾਂ ਸਾਰੀਆਂ ਦੇ ਜਾਣਦੇ ਆਂਦਾ ਤੇ ਅੱਜ ਤੱਕ ਮਿੱਤਰਾਂ ਨੇ ਆਓ ਕਦੇ ਕੀਤੀ ਨਹੀਂ ਕਿਸੇ ਦੀ ਪਰਵਾਹ ਅੱਜ ਤੱਕ ਮਿੱਤਰਾਂ ਨੇ ਆਓ ਕਦੇ ਕੀਤੀ ਨਹੀਂ ਕਿਸੇ ਦੀ ਪਰਵਾਹ ਪੈ ਗਈ ਬਾਲ ਉਧਰ ਕਹਿੰਦੇ ਗੰਗਾ ਨਦੀ ਦੀ ਟਰਾਈ ਹੈ ਬਾਲ ਬੋਰੀ ਦੇ ਗੱਲ ਹੈ ਓਵਰ ਕਿੰਨੇ ਆ ਵੀਰੇ ਚਾਰ ਪਾਲਰ ਆ ਗੋਰੇ ਪੰਜ ਓਵਰ ਚਾਰ ਬਾਲਰ ਹੈ ਆਓ ਸਾਹਮਣੇ ਦੇਖਾਂਗੇ ਅਗਲਾ ਓਵਰ ਪਾਉਣ ਲਈ ਕਹਿੰਦੇ ਗੋਰਾ ਆ ਗਿਆ ਆਓ ਸਾਹਮਣੇ ਦੇਖਾਂਗੇ ਭਾਈ ਕਿਹੜੇ ਪਿੰਡ ਦਾ ਗੋਰਾ ਮੇਰੇ ਪੰਜ ਓਵਰ ਹੈ ਤੇ ਚਾਰ ਬਾਲਰ ਹੈ ਕਿਹਦੀ ਕ੍ਰਿਕਟ ਦਾ ਆਓ ਸਾਹਮਣੇ ਦੇਖਾਂਗੇ ਬਾਲ ਪਾਉਣ ਲਈ ਤਿਆਰ ਹੈ ਪਰ ਦੂਜੇ ਪਾਸੇ ਕਹਿੰਦੇ ਰਾਜਸਥਾਨ ਵਾਲੇ ਮੁੰਡੇ ਹੈ
ਜਿਹੜੀ ਕਹਿੰਦੇ ਖੇਡ ਦੇ ਮੈਦਾਨ ਦੇ ਵਿੱਚ ਕਹਿੰਦੇ ਧੰਨ ਧੰਨ ਕਹਿੰਦੇ ਕਰਵਾ ਰਹੇ ਹੈ। ਆਓ ਖੇਡ ਦੇ ਮੈਦਾਨਾਂ ਦੇ ਵਿੱਚ ਆਪਾਂ ਦੇਖਾਂਗੇ। ਅਗਲਾ ਓਵਰ ਪਾਉਣ ਦੇ ਲਈ ਕਹਿੰਦੇ ਭਾਈ ਕਿਰੇ ਦੀ ਧਰਤੀ ਦਾ ਗੋਰ ਹੈ ਜਿਹੜਾ ਕਹਿੰਦੇ ਤਿਆਰ ਫਰ ਤਿਆਰ ਹੈ। ਜਦੋਂ ਪਹਿਲੀ ਵਾਰ ਕਹਿੰਦੇ ਥਾਂਦਲ ਦੇ ਖੇਡ ਮੇਲੇ ਤੋਂ ਆ ਮੁੰਡੇ ਨੇ ਕਹਿੰਦੇ ਕਤਰਾਂ ਦੇ ਮੇਲੇ ਤੋਂ ਖੁਸ਼ੀਆਂ ਦੇ ਮੇਲੇ ਤੋਂ ਕੱਚੇ ਤੇ ਸਕੂਟਰ ਜਿੱਤੇ ਹੈ ਤੇ ਫੇਰ ਕਹਿੰਦੇ ਗੱਲਾਂ ਟਿਕਾਣੇ ਲੱਗੀਆਂ। ਲਾ ਉਸ ਸਾਹਮਣੇ ਦੇਖਾਂਗੇ ਬਾਲ ਪਾਉਣ ਦੇ ਲਈ ਗੋਰਾ ਕਹਿੰਦੇ ਵਾਧਾ ਹੈ। ਵਾਸ਼ਿੰਗ ਮਸ਼ੀਨ ਵੀ ਇਸੇ ਆਈ ਹੈ ਤੇ ਕੂਲਰ ਵੀ ਜਿੱਤੇ ਹੈ ਪਰ ਟਿੱਬੀ ਦੇ ਵਿੱਚ ਆ ਮੁੰਡੇ ਨੇ 11 ਯਾਰ ਜਿੱਤੇ ਹੈ। ਵਾਓ ਇਹ ਖਾਤਾ ਯਾਰ ਖਾਤਾ ਦੀ ਧਰਤੀ ਦਾ ਹੈ। ਆਓ ਕੇਲੀੜੀ ਦਾ ਜੇਤੂ ਹੈ। ਲਾ ਉਸ ਸਾਹਮਣੇ ਰਣ ਕਹਿੰਦੇ ਛੇਜ ਉੜ ਰਿਹਾ ਹੈ ਜਿਹੜਾ ਕਹਿੰਦੇ ਆਪਣੀ ਕਹਿੰਦੇ ਟੀਮ ਦੇ ਲਈ ਕਿ ਗਾਣਾ ਇੱਕ ਅੱਧਾ ਹਿੱਟ ਹੋ ਲੈਣ ਦੇ ਫਿਰ ਲੈ ਲਵਾਂਗੇ ਆਪਾਂ ਮਹਿੰਗੀ ਕਾਰ ਨੇ ਤੂੰ ਵੀ ਸੁੱਖ ਲੈ ਕੜਾਹੀ ਕਿਸੇ ਬਾਬੇ ਦੀ ਤੇਰਾ ਬਣ ਜੇ ਸਟਾਰ ਜੈਲਦਾਰ ਨੇ ਪੂਰਾ ਕਰਦਾ ਸਪੋਰਟ ਕੌਣ ਸੁਖੀ ਹੈ। ਆਓ ਮੈਂ ਵੀ ਸੇਵਕੋ ਤਪੱਸੀਆਂ ਦੇ ਦਰਦਾ ਹੈ ਤੇ ਤੇਰੇ ਯਾਰ ਦਾ ਚੇਤਕ ਜਹਾਜ਼ ਵਰਗ ਹੈ ਜਾਵੇ ਹਵਾ ਨਾਲ ਕਾਨੇ ਗੱਲਾਂ ਕਰਦਾ ਹੈ। ਆਓ ਤੇਰੇ ਯਾਰ ਦਾ ਚੇਤਕ ਜਹਾਜ਼ ਵਰਗ ਹੈ ਤੇ ਜਾਵੇ ਹਵਾ ਨਾਲ ਕਾਨੇ ਗੱਲਾਂ ਕਰਦਾ ਹੈ ਰਣ ਜਿਹੜੇ ਚਾਰ। ਆਓ ਖਾਂਡਾ ਦੀ ਧਰਤੀ ਦਾ ਕਹਿੰਦੇ ਮੰਥਨ ਆਪਣੀ ਟੀਮ ਦੇ ਲਈ ਕਹਿੰਦੇ ਜ਼ੋਰ ਲਾਇਆ ਹੈ। ਬਾਲ ਪਾਉਣ ਲਈ ਕਹਿੰਦੇ ਭਾਈ ਕਿਰੇ ਦੀ ਧਰਤੀ ਦਾ ਗੋਰਾ ਲਾ ਉਸ ਸਾਹਮਣੇ ਤਿਆਰ ਹੈ। ਲੈ ਗੋਰਾ ਪਕੜਾਇਆ ਤੇਰੀ ਬਾਲ ਲਾ ਉਸ ਸਾਹਮਣੇ ਖੇਡ ਦਿੱਤਾ ਸ਼ਾਟ ਹੈ ਫਿਲਡਰ ਮਯੂਰ ਹੈ। ਰਣ ਆਪਾਂ ਦੇਖੀਏ ਇੱਕ ਦੇ ਵਾਧੇ ਜਿਹੜੇ ਮੰਥਨ ਨੇ ਕਹਿੰਦੇ ਕਰ ਦਿੱਤੇ ਹੈ ਆਪਣੀ ਕਹਿੰਦੇ ਟੀਮ ਦੇ ਲਈ ਜਿਹੜੀ ਚਾਲ ਜਿੱਤ ਗਈ ਉਹ ਸਮਾਨ ਖੇਡੇ ਨਾਲ ਖੇਡੇਗੀ ਕੁਆਟਰ ਮੈਚ ਤੇ ਗੱਲਾਂ ਕਹਿੰਦੇ ਟਿਕਾਣੇ ਲੱਗਣਗੀਆਂ। ਜਿਹੜੀ ਚੌਦੇ ਮੈਚ ਦੇ ਵਿੱਚ ਜਿੱਤ ਗਈ ਉਹਦਾ ਕਹਿੰਦੇ ਸਮਾਨ ਖੇਡੇ ਨਾਲ ਖੰਡਾ ਖੜਕਣਾ ਹੈ। ਲਾ ਉਸ ਸਾਹਮਣੇ ਦਾਲ ਪਾਉਣ ਲਈ ਫੇਰ ਗੋਰਾ ਕਹਿੰਦੇ ਵਾਧਾ ਹੈ। ਸਜਾਵਲਪੁਰ ਦੇ ਨਾਲ ਹੀ ਮਟੀਲੀ ਦੀਆਂ ਟੀਮਾਂ ਟੌਸ ਕਰ ਅਗਲਾ ਮੈਚ ਹੈ ਸਜਾਵਲਪੁਰ ਤੇ ਮਟੀਲੀ ਪਹਿਲਾ ਕੁਆਟਰ। ਲਾ ਉਸ ਸਾਹਮਣੇ ਪੈ ਗਈ ਬਾਲ ਓ ਵਾਓ ਇਹ ਗੰਗਾ ਨਗਰੀਆ। ਆ ਉਸ ਸਾਹਮਣੇ ਕਮਾਲ ਕਹਿੰਦੇ ਕਰ ਰਿਹਾ ਹੈ ਖੇਡ ਦੇ ਮੈਦਾਨ ਵਧੀਆ ਵਿਸ਼ਾਲ ਵੀਰੇ ਆਪ ਦੇ ਦੱਸੋ ਜੀ ਸ਼ੇਰੇ ਸ਼ੇ ਜਿਹੜੇ ਕਹਿੰਦੇ ਗਰਾਊਂਡ ਦੇ ਵਿੱਚ ਹੈ ਰਣ ਜਿਹੜੇ ਸ਼ੇ ਦੇ ਕਹਿੰਦੇ ਵਾਧੇ ਲਾ ਉਸ ਸਾਹਮਣੇ ਕਹਿੰਦੇ ਕਰ ਦਿੱਤੇ ਮੁੰਡੇ ਦੀ ਆ ਉਹ ਖੇਡ ਦੇ ਮੈਦਾਨ ਦੇ ਵਿੱਚ ਹੈ। ਲੈ ਗੋਰਿਆ ਹੁਣ ਜਿਆਦਾ ਤਕੜਾ ਰਹਿੰਦੀਆਂ ਬਾਲਾਂ ਤੇ ਤੇ ਗੰਗਾ ਨਗਰੀਆ ਕਹਿੰਦੇ ਟੱਪਾ ਹੀ ਨਹੀਂ ਪੈਣ ਦਿੰਦਾ। ਲਾ ਉਸ ਸਾਹਮਣੇ ਦੇਖੇਂਗੇ ਕਮਾਲ ਕਹਿੰਦੇ ਕਰ ਦਿੱਤੀ ਮੁੰਡੇ ਦੀ ਖੇਡ ਦੇ ਮੈਦਾਨਾਂ ਦੇ ਵਿੱਚ ਹੈ ਬਾਲ ਪਾਉਣ ਲਈ ਫੇਰ। ਲਾ ਉਸ ਸਾਹਮਣੇ ਗੋਰਾ ਕਹਿੰਦੇ ਤਿਆਰ ਬਰ ਤਿਆਰ ਹੈ ਖੇਡ ਦੇ ਮੈਦਾਨ ਦੇ ਵਿੱਚ ਪੈਗੀ ਗੱਲ ਫਿਰ ਗੋਰੇ ਦੀ। ਆਓ ਸਾਹਮਣੇ ਦੇਖੇਂਗੇ ਕੀਤੀ ਹੈ ਟਰਾਈ ਰਣ ਜਿਹੜੇ ਕਹਿੰਦੇ ਇੱਕ ਦੇ ਵਾਧੇ ਜਿਹੜੇ ਮਨੀਸ਼ ਨੇ ਕਹਿੰਦੇ ਕਰ ਦਿੱਤੇ ਹੈ ਫਿਰ ਇੱਕ ਸਕੋਰ ਦੇ ਕਹਿੰਦੇ ਵਾਧੇ। ਲਾਓ ਸਾਹਮਣੇ ਖੇਡ ਦੇ ਮੈਦਾਨ ਦੇ ਵਿੱਚ ਕਹਿੰਦੇ ਕਰ ਦਿੱਤੇ ਹੈ 31 ਵਾਰੀ ਕਹਿੰਦੇ ਖੇਡ ਮੇਲਾ ਖੇਡਿਆ ਜਾ ਰਿਹਾ ਤੇ ਚੋਟੀ ਦੀਆਂ ਟੀਮਾਂ ਚ ਕਹਿੰਦੇ ਆ ਧਰਤੀ ਦਾ ਕਹਿੰਦੇ ਸ਼ਿਕਾਰ ਕਹਿੰਦੇ ਬਣੀ ਆਈ ਹੈ। ਭਾਈ ਕਿਰੇ ਪਿੰਡ ਦਾ ਗੋਰਾ ਬਾਲ ਪਾਉਣ ਦੇ ਲਈ ਵਾਧਾ ਆਇਆ ਹੈ। ਆ ਮੁੰਡਾ ਕਹਿੰਦੇ ਖਾਂਡ ਲਗਾਣੇ ਪਿੰਡ ਦਾ ਕਹਿੰਦੇ ਮੰਥਣ ਜਿਹੜਾ ਕਹਿੰਦੇ ਸਾਹਮਣੇ ਕਰ ਰਿਹਾ ਹੈ ਪੈਗੀ ਬਾਲ ਤੇ ਬਾਲ ਆਪਾਂ ਦੇਖੇਂਗੇ ਜਿਹੜੀ ਆਓ ਸਾਹਮਣੇ ਵਾਈਡ ਹੋ ਗਈ ਪਲੱਸ ਬਾਏ ਦਾ ਕਰਨ ਆ ਗਿਆ ਜਿਹੜਾ ਕਹਿੰਦੇ ਗਰਾਊਂਡ ਦੇ ਵਿੱਚ ਬਾਲ ਜਿਹੜੀ ਕਹਿੰਦੇ ਵਾਈਡ ਹੋ ਗਈ ਹੈ ਇੱਕ ਬਾਏ ਦਾ ਰਣ ਜਿਹੜਾ ਜਾ ਜੁੜਿਆ। ਆਓ ਖੇਡ ਦੇ ਮੈਦਾਨਾਂ ਦੇ ਵਿੱਚ ਆਪਾਂ ਦੇਖੇਂਗੇ ਮਟੀਲੀ ਆ ਗਈ ਉਹਦੇ ਸਜਾਵਲਪੁਰ ਦਾ ਇੱਕ ਮੁੰਡਾ ਅੱਗੇ ਟੌਸ ਕਰ ਲਵੇ ਜਿੱਥੇ ਵੀ ਆਵਾਜ਼ਾਂ ਨੂੰ ਸੁਣਦੇ ਮੁੰਡੇ। ਆਓ ਸਜਾਵਲਪੁਰ ਦੀ ਟੀਮ ਦਾ ਇੱਕ ਮੁੰਡਾ ਆ ਕੇ ਜਿਹੜੀ ਟੌਸ ਕਰ ਲਈ ਪਹਿਲੇ ਕੁਆਟਰ ਫਾਈਨਲ ਮੈਚ ਦੇ ਲਈ ਭਾਈ ਕਿਰੇ ਪਿੰਡ ਦਾ ਕਹਿੰਦੇ ਆਓ ਗੋਰਾ ਬਾਲ ਪਾਉਣ ਲਈ ਕਹਿੰਦੇ ਵਾਧਾ ਆਇਆ ਹੈ। ਲਾਓ ਸਾਹਮਣੇ ਪੈ ਗਈ ਬਾਲ ਤੇ ਗੰਗਾ ਨਗਰੀ ਦੀ ਕਹਿੰਦੇ ਟਰਾਈ ਫੇਰ ਵੱਡੀ ਹੈ ਰਣ ਆਪਾਂ ਦੇਖੇਂਗੇ ਇੱਕ ਦੇ ਵਾਧੇ ਜਿਹੜੇ ਮਨੀਸ਼ ਨੇ ਕਹਿੰਦੇ ਕਰ ਦਿੱਤੇ ਹੈ। ਆਓ ਸਾਹਮਣੇ ਕਰਨ ਦੇ ਵਾਧੇ ਜਿਹੜੇ ਕਹਿੰਦੇ ਕਰ ਦਿੱਤੇ ਮੁੰਡੇ ਨੇ 3 ਓਵਰ ਸਮਾਪਤ ਤੇ 57 ਬਣ ਗਏ ਹੈ। ਆਓ 3 ਓਵਰ ਦੀ ਸਮਾਪਤੀ ਤੋਂ ਬਾਅਦ ਵਾਧਾ ਸਕੋਰ ਜਿਹੜਾ 5 ਦੀ ਟੀਮ ਦਾ ਜਿਹੜੇ 57 ਰਨ ਕਹਿੰਦੇ ਬਣ ਚੁੱਕੇ ਹੈ। ਹਾਂਜੀ ਵੀਰੇ ਖਾਲੀ ਜੀ ਦੇ ਮੈਦਾਨ ਦੇ ਵਿੱਚ ਆਪਾਂ ਦੇਖਾਂਗੇ ਜਿਹੜੇ 57 ਰਨ ਕਹਿੰਦੇ ਬਣ ਚੁੱਕੇ ਹੈ। ਅਗਲਾ ਓਵਰ ਪਾਉਣ ਦੇ ਲਈ ਕਹਿੰਦੇ ਫੇਰ ਲਾ ਉਸ ਸਾਹਮਣੇ ਖਿਡਾਰੀ ਕਹਿੰਦੇ ਤਿਆਰ ਬਰ ਤਿਆਰ ਹੈ ਮੁੰਡਾ ਕਹਿੰਦੇ ਜੌਨਲ ਦੀ ਧਰਤੀ ਦਾ ਕਹਿੰਦੇ ਅੰਬਰ ਬਾਲ ਪਾਉਣ ਦੇ ਲਈ ਕਹਿੰਦੇ ਵਾਧਾ ਆਇਆ ਹੈ। ਪਰ ਦੂਜੇ ਪਾਸੇ ਕਹਿੰਦੇ ਮਨੀਸ਼ ਜਿਹੜਾ ਕਹਿੰਦੇ ਸਾਹਮਣੇ ਕਹਿੰਦੇ ਕਰਨ ਆਇਆ ਹੈ ਆ ਮੁੰਡਾ ਕਹਿੰਦੇ ਸਨੇਹਜੀਤ ਬਰਾੜ ਦੇ ਪਿੰਡ ਦਾ ਮੁੰਡਾ ਹੈ ਜਿਹਨੇ ਕੌਸਕੋ ਗਰਾਊਂਡ ਦੇ ਵਿੱਚ ਸਭ ਤੋਂ ਪਹਿਲਾਂ ਆਓ ਬੈਸਟ ਦੇਣ ਦੇ ਕਿਹਦੇ ਰਿਵਾਜ਼ ਚਲਾਏ ਹੈ ਤੇ ਜਿਉਣ ਵਾਲੀਆਂ ਮੁੰਡਾ ਹੈ ਬਾਲ ਪਾਉਣ ਦੇ ਲਈ ਕਹਿੰਦੇ ਵਾਧਾ ਆਇਆ ਗਰਾਊਂਡ ਦੇ ਵਿੱਚ। ਮਾਈ ਆਪਣੀ ਮਾਂ ਸਮਝਾ ਲਾ ਹੈ ਆ ਬੋਲਣ ਦਾ ਉਹਨੂੰ ਢੰਗ ਸਿਖਾ ਲਾ ਹੈ ਨਹੀਂ ਤੇ ਚੜ ਜੂਗਾ ਕੋਈ ਚੰਦ ਵੇ ਜੇ ਮੈਂ ਬੁਰੀ ਕਰੂੰਗੇ ਆ ਨਵਜਾਂ ਕਰ ਦੂ ਬੰਦ ਵੇ
ਫੇਰ ਮੈਂ ਬੁਰੀ ਕਰੂੰਗੀ। ਆ ਨਵਜਾਂ ਆਓ ਨਵਜਾਂ ਕਰ ਦੂ ਬੰਦ ਵੇ। ਰਣ ਚਾਰ ਨੇ ਚਾਰ ਜਿਹੜੇ ਕਹਿੰਦੇ ਗਰਾਊਂਡ ਦੇ ਵਿੱਚ ਜਿਹੜੇ ਚਾਰ ਸਕੋਰ ਦੇ ਕਹਿੰਦੇ ਵਾਧੇ ਆਪਣੀ ਟੀਮ ਦੇ ਲਈ ਕਹਿੰਦੇ ਕਰ ਦਿੱਤੇ ਗੰਗਾ ਨਗਰੀ ਮੁੰਡੇ ਨੇ। ਆਓ ਖੇਡ ਦੇ ਮੈਦਾਨ ਦੇ ਵਿੱਚ ਆਪਾਂ ਦੇਖਾਂਗੇ ਬਾਲਾਂ ਕਹਿੰਦੇ ਜਿਉਣ ਵਾਲੀ ਮੁੰਡੇ ਦੀਆਂ ਕਹਿੰਦੇ ਪੈਰੀਆਂ ਨੇ। ਆਓ ਕਹਿੰਦੇ ਗਰਾਊਂਡ ਵਿੱਚ ਕਿ ਜਬ ਉਹਦੀ ਕੋਈ ਮੋੜ ਲਿਆਵੋ ਮੇਰੇ ਨਾਲ ਗਿਆ ਜੇ ਲੜਕੇ ਤੇ ਅੱਲਾ ਕਰੇ ਮੁੜ ਆਵੇ ਸੋਹਣਾ ਜੇ ਮੈਂ ਜਾਣ ਤਲੀ ਤੇ ਧਰ ਕੇ ਜਬ ਉਹਦੀ ਕੋਈ ਮੋੜ ਲਿਆਵੋ। ਆਓ ਮੇਰੇ ਨਾਲ ਗਿਆ ਜੇ ਲੜਕੇ ਬਾਲ ਨੋ ਆ ਗਈ ਹੈ ਪਲੱਸ ਇੱਕ ਰਨ ਜਿਹੜਾ ਜੋੜ ਦਿੱਤਾ ਮੁੰਡੇ ਨੇ। ਆਓ ਖੇਡ ਦੇ ਮੈਦਾਨ ਦੇ ਵਿੱਚ ਆਪਾਂ ਦੇਖੀਏ ਬਾਲ ਨੋ ਆ ਗਈ ਹੈ ਤੇ 3-8 ਹੈ ਤੇ ਕਹਿੰਦੇ ਗਰਾਊਂਡ ਗਿਫਟ ਆ ਗਿਆ। ਲਾਓ ਸਾਹਮਣੇ ਗਰਾਊਂਡ ਚ ਲਾਈ ਜਿਉਣ ਵਾਲੀਆਂ ਦੋ ਬਾਲਾਂ ਤੇ 12 ਆ ਗਏ ਹੈ ਬਾਲ ਪਾਉਣ ਦੇ ਲਈ ਫੇਰ। ਆਓ ਅੰਬਰ ਕਹਿੰਦੇ ਵੱਧ ਆਇਆ। ਆਓ ਦੂਜੇ ਪਾਸੇ ਕਹਿੰਦੇ ਟਰਾਈ ਜਿਹੜੀ ਕਹਿੰਦੇ ਮੰਥਨ ਨੇ ਕਹਿੰਦੇ ਕੀਤੀ ਹੈ ਇੱਕ ਸਕੋਰ ਦੇ ਕਹਿੰਦੇ ਵਾਧੇ ਜਿਹੜੇ ਖੇਡ ਦੇ ਮੈਦਾਨ ਦੇ ਵਿੱਚ। ਆਓ ਕਹਿੰਦੇ ਕਰ ਦਿੱਤੇ ਮੁੰਡੇ ਨੇ ਆਪਣੀ ਟੀਮ ਦੇ ਲਈ ਕਿ ਦੇਣ ਵਾਲਾ ਦਾਤਾ ਐਵੇਂ ਕਿਸੇ ਦੋੜੀ ਸੜੀਦਾ ਉਹਦੀਆਂ ਦਿੱਤੀਆਂ ਦਾ ਸ਼ੁਕਰਾਨਾ ਬਸ ਕਰੀਦਾ ਤੇ ਸੁਖੀ ਲੁਪੋ ਬੰਦਾ ਕਦੇ ਵਾਧਾ ਨਹੀਂ ਅੱਗੇ ਜਿਹੜਾ ਵਿੱਚੋ ਵਿੱਚ ਹੀ ਬੈਠਾ ਭੋਲੀ ਜਾਵੇ ਜ਼ਹਿਰ ਤੇ ਛੱਡੀ ਹੈ ਨਾ ਦਿਲ ਮਿਲ ਜਾਂਦੀ ਹੈ ਤਰੱਕੀ ਜੇ ਮਿਲ ਜੇ ਤਰੱਕੀ ਫਿਰ ਛੱਡੀ ਦੇਣੀ ਪੈਰ ਆ ਛੱਡੀ ਹੈ ਨਾ ਦਿਲ ਮਿਲ ਜਾਂਦੀ ਹੈ ਤਰੱਕੀ ਜੇ ਮਿਲ ਜੇ ਤਰੱਕੀ ਫਿਰ ਛੱਡੀ ਦੇਣੀ ਪੈਰ। ਬਾਕੀ ਕਹਿੰਦੇ ਮਿਹਨਤਾਂ ਦੇ ਕਰਕੇ ਆਓ ਬੰਦਾ ਕਹਿੰਦੇ ਜੀਰੋ ਤੋਂ ਹੀਰੋ ਹੁੰਦਾ ਹੈ। ਲਾਓ ਸਾਹਮਣੇ ਬਾਲ ਪਾਉਣ ਦੇ ਲਈ ਫੇਰ ਖਿਡਾਰੀ ਕਹਿੰਦੇ ਤਿਆਰ ਬਰ ਤਿਆਰ ਹੈ ਪੈ ਗਈ ਬਾਲ ਜਿਹੜੀ ਫੇਰ ਆਓ ਡੰਡਾ ਪੱਟ ਦਿੱਤਾ ਜੇ ਆਉਣ ਵਾਲੀ ਜਿਹੜੇ ਤੇ ਮਨੀਸ਼ ਕਹਿੰਦੇ ਆਓ ਸਾਹਮਣੇ ਦੇਖਾਂਗੇ ਮੰਥਨ ਕਹਿੰਦੇ ਮੋੜ ਦਿੱਤਾ ਹੈ ਖੇਡ ਦੇ ਮੈਦਾਨ ਵਿੱਚ ਤੇ ਜ਼ਿੰਮੇਵਾਰੀ ਵੱਡੀ ਹੈ ਮਨੀਸ਼ ਦੀ। ਲਾਓ ਸਾਹਮਣੇ ਕਹਿੰਦੇ ਕਮਾਲਾਂ ਕਹਿੰਦੇ ਹੋ ਗਈਆਂ ਜਿਹੜੀਆਂ ਕਹਿੰਦੇ ਗਰਾਊਂਡ ਦੇ ਵਿੱਚ ਮੰਥਨ ਕਹਿੰਦੇ ਆਊਟ ਹੋ ਕੇ ਕਹਿੰਦੇ ਵਾਪਸ ਹੈ ਖੇਡ ਦੇ ਮੈਦਾਨਾਂ ਦੇ ਵਿੱਚ। ਕੋਈ ਨੀ ਚੱਲ ਵਧੀਆ ਥੱਲੇ ਤੇ ਡੁੱਲਦਾ ਮੈਨੂੰ ਲੱਗਦਾ ਸ਼ਾਸਤਰੀ ਸਵਾਮੀ ਸੋਤਗੜ੍ਹ ਵਾਲੇ ਭਰਾ ਮੈਚ ਵੇਖੀ ਜਾਂਦੇ ਮੈਨੂੰ ਮਾੜੇ ਹੀ। ਲਓ ਸਾਹਮਣੇ ਸੋਨੂੰ ਆ ਗਿਆ ਖੇਡ ਦੇ ਮੈਦਾਨ ਦੇ ਵਿੱਚ ਮੁੰਡਾ ਪਾਂਜੀ ਪਿੰਡ ਦਾ ਬਾਲ ਕਹਿੰਦੇ ਜਿਉਣ ਵਾਲੀ ਇਹਦੀ ਹੈ। ਆਓ ਸਾਹਮਣੇ ਦੇਖੇਗੇ ਗਰਾਊਂਡ ਦੇ ਵਿੱਚ ਓਵਰ ਸਮਾਪਤ ਹੈ ਜਿਹੜੇ 71 ਰਨ ਬਣ ਗਏ ਚਾਰ ਓਵਰ ਤੋਂ ਬਾਅਦ ਜਿਹੜੇ 71 ਰਨ ਕਹਿੰਦੇ ਬਣ ਚੁੱਕੇ ਹੈ ਜਿਹੜੇ ਕਹਿੰਦੇ ਖੇਡ ਦੇ ਮੈਦਾਨਾਂ ਦੇ ਵਿੱਚ ਆਪਾਂ ਦੇਖੇਗੇ ਓਵਰ 4 ਸਮਾਪਤ ਨੇ ਜਿਹੜੇ 71 ਰਨ ਕਹਿੰਦੇ ਬਣ ਚੁੱਕੇ ਹੈ। ਕਲਗੀਧਰ ਵਰਗੇ ਜੋ ਨੇਜਿਆਂ ਦੇ ਪੁੱਤ ਟੰਗਾਉਂਦੇ ਕਾਹਦੇ ਬਾਬੇ ਨੇ ਜੋ ਮਰੀਰ ਨਸ਼ੇ ਤੇ ਲਾਉਂਦੇ ਇਹ ਆ ਬਾਬਾ ਕਹਿੰਦੇ ਭਾਈ ਕਿਹੜੇ ਪਿੰਡ ਦਾ ਪੈਗੀ ਬਾਲ। ਆਓ ਸਾਹਮਣੇ ਦੇਖੇਗੇ ਪਹਿਲੀ ਬਾਲ ਤੇ ਟਰਾਈ ਵੱਡੀ ਹੈ ਪਰ ਪਹਿਲੀ ਬਾਲ ਜਿਹੜੀ ਕਹਿੰਦੇ ਡਾਊਟ ਪੈ ਗਈ ਹੈ। ਆਓ ਖੇਡ ਦੇ ਮੈਦਾਨ ਦੇ ਵਿੱਚ ਮੁੰਡਾ ਕਹਿੰਦੇ ਸਾਂਵਲੇ ਜੇ ਰੰਗ ਦਾ ਹੈ। ਲਾਓ ਸਾਹਮਣੇ ਕਹਿੰਦੇ ਬਾਲ ਪਾਉਣ ਦੇ ਲਈ ਕਹਿੰਦੇ ਫੇਰ ਕਹਿੰਦੇ ਵੱਧ ਆਇਆ ਦੋ ਹੀ ਰੰਗ ਨੇ ਦੁਨੀਆ ਤੇ ਗੋਰਾ ਤੇ ਕਾਲਾ ਪਰ ਜਿਹੜੇ ਸਾਂਵਲੇ ਰੰਗ ਦੀ ਕਾਰ ਕਹਿੰਦੇ ਵਿਚੋਲੇ ਨੇ ਕੱਢੀ ਹੈ ਕਿ ਨਾ ਮੁੰਡਾ ਗੋਰਾ ਹੈ ਤੇ ਨਾ ਮੁੰਡਾ ਕਾਲਾ ਹੈ। ਲਾਓ ਸਾਹਮਣੇ ਰਣ ਕਹਿੰਦੇ ਛੇ ਜਿਹੜੇ ਕਿਹੜੇ ਜੋੜ ਦਿੱਤੇ ਮੁੰਡੇ ਨੇ ਕਿ ਬਾਬਾ ਤੇ ਬਾਬਾ ਦੇ ਕਲਾ ਮਰੋੜ ਤੇ ਨੀ ਨਿੱਕੀ ਫਿਰ ਲਾ ਦੇ ਜੋੜ ਪਰ ਜੋੜ ਬਾਬਾ ਆਪਾਂ ਨੂੰ ਲਾਉਣਾ ਪੈਣਾ ਪੈਗੀ ਬਾਲ। ਆਓ ਡੰਡਾ ਪੱਟ ਦਿੱਤਾ ਹੈ ਆਓ ਬਾਬੇ ਨੇ ਕਹਿੰਦੇ ਗਰਾਊਂਡ ਦੇ ਵਿੱਚ ਤੇ ਮਨੀਸ਼ ਕਹਿੰਦੇ ਆਊਟ ਹੋ ਕੇ ਕਹਿੰਦੇ ਵਾਪਸ ਹੈ। ਆਓ ਖੇਡ ਦੇ ਮੈਦਾਨ ਦੇ ਵਿੱਚ ਆਪਾਂ ਦੇਖੀਏ ਮਨੀਸ਼ ਕਹਿੰਦੇ ਮੋੜ ਦਿੱਤਾ ਮੁੰਡੇ ਨੇ ਜਿਹੜਾ ਕਹਿੰਦੇ ਗਰਾਊਂਡ ਦੇ ਵਿੱਚ ਬਾਬੇ ਦੀਆਂ ਕਹਿੰਦੇ ਬਾਲਾਂ ਪੈ ਰਹੀਆਂ ਨੇ। ਲਾਓ ਸਾਹਮਣੇ ਕਹਿੰਦੇ ਗਰਾਊਂਡ ਦੇ ਵਿੱਚ ਇੱਜ਼ਤ ਮਾਨ ਨਾਲ ਬਾਬੇ ਦੀ ਇੱਜ਼ਤ ਟੈਂ ਟੈਂ। ਲਾਓ ਸਾਹਮਣੇ ਦੇਖੇ ਬਾਲ ਪਾਉਣ ਦੇ ਲਈ ਫਿਰ ਬਾਬਾ ਕਹਿੰਦੇ ਤਿਆਰ ਬਰ ਤਿਆਰ ਸੁਨੀਲ ਆ ਗਿਆ। ਆਓ ਪਾਂਜੀ ਦੀ ਧਰਤੀ ਦਾ ਕਹਿੰਦੇ ਗਰਾਊਂਡ ਦੇ ਵਿੱਚ ਲਈ ਆ ਗਏ ਮੁੰਡੇ ਦੀ ਖੇਡ ਵਧੀਆ ਲੱਗੀ ਮਨੀਸ਼ ਦੀ ਇੱਕ ਤਾੜੀ ਜ਼ੋਰਦਾਰ ਮਾਰਦੇ ਮੁੰਡੇ ਦੇ ਨਾਂ ਤੇ ਬੜੀ ਸੋਹਣੀ ਖੇਡ ਖੇਡੀ ਜਿੰਨਾ ਚਿਰ ਵੀ ਰਿਹਾ ਪਿੱਚ ਤੇ ਪੈ ਗਈ ਬਾਲ। ਆਓ ਖੇਡ ਦਿੱਤਾ ਇਸ਼ਾਰ ਸੁਨੀਲ ਲਈ ਰਨਆਊਟ ਦੇ ਚਾਰ ਉਂਗਲ ਖੜੀ ਹੈ। ਆਓ ਸੋਨੂੰ ਨੂੰ ਵੀ ਮੁੜਨਾ ਪੈ ਗਿਆ ਬਾਬਾ ਕਹਿੰਦੇ ਵਾਪਸੀ ਕਰਾਉਣਾ ਟੀਮ ਦੀ।
ਪੰਜਾਬ ਪੁਲਿਸ ਕੋ ਐਲ ਐਲ ਲੈ ਬਾਬਾ ਜੀ ਆਉਣ ਵਾਲੀ ਹੈ ਕਹਿੰਦਾ ਜੀ ਅਸੀਂ ਦੇ ਨੇੜੇ ਤੇ ਨੇੜੇ ਗਿਣਾ ਹੈ ਤੇ ਖੰਡਾ ਕਹਿੰਦੇ ਖੜਕਾ ਦੇਣਾ ਮੈਚ ਦਾ ਲਓ ਸਾਹਮਣੇ ਦੇਖਾਂਗੇ ਖਿਡਾਰੀ ਜਿਹੜਾ ਇੱਕ ਹੋਰ ਕਹਿੰਦੇ ਰਨ ਟੋਕੇ ਵਾਪਸ ਹੈ ਖੇਡ ਦੇ ਮੈਦਾਨ ਦੇ ਵਿੱਚ ਅਮਿਤ ਆ ਗਿਆ ਆਓ ਸਾਹਮਣੇ ਦੇਖਾਂਗੇ ਅਮਿਤ ਆ ਗਿਆ ਕਹਿੰਦੇ ਗਰਾਊਂਡ ਦੇ ਵਿੱਚ ਲਓ ਸਾਹਮਣੇ ਪਾਂਜੀ ਦੀ ਧਰਤੀ ਹੈ ਤੇ ਬਾਲਾਂ ਕਹਿੰਦੇ ਬਾਬੇ ਦੀਆਂ ਪੈ ਰਹੀਆਂ ਨੇ ਆਓ ਸਾਹਮਣੇ ਦੇਖਾਂਗੇ ਖੇਡ ਦੇ ਮੈਦਾਨ ਦੇ ਵਿੱਚ ਬਾਲ ਪਾਉਣ ਦੇ ਲਈ ਕਹਿੰਦੇ ਫੇਰ ਖਿਡਾਰੀ ਕਹਿੰਦੇ ਜਿਹੜਾ ਕਹਿੰਦੇ ਤਿਆਰ ਬਰ ਤਿਆਰ ਹੈ ਖੇਡ ਦੇ ਮੈਦਾਨਾਂ ਦੇ ਵਿੱਚ ਆਪਾਂ ਦੇਖਾਂਗੇ ਲਓ ਸਾਹਮਣੇ ਅਮਿਤ ਕਹਿੰਦੇ ਟਰਾਈ ਕਹਿੰਦੇ ਕਰੇਗਾ ਗਰਾਊਂਡ ਦੇ ਵਿੱਚ ਕਿ ਕੋਸ਼ਿਸ਼ ਕਰਨ ਵਾਲਿਆਂ ਦੀ ਕਹਿੰਦੇ ਹਾਰ ਨਹੀਂ ਹੁੰਦੀ ਮਿਹਨਤਾਂ ਤੋਂ ਬਿਨਾਂ ਕਹਿੰਦੇ ਜੈ ਜੈਕਾਰ ਨਹੀਂ ਹੁੰਦੀ ਲਓ ਸਾਹਮਣੇ ਪੈ ਗਈ ਬਾਲ ਤੇ ਖੇਡ ਦਿੱਤਾ ਸ਼ਾਟ ਅਮਿਤ ਨੇ ਰਨ ਕਹਿੰਦੇ ਛੇ ਜਿਹੜੇ ਆਓ ਜੋਰ ਦਿੱਤੇ ਆਪਣੀ ਕਹਿੰਦੇ ਟੀਮ ਦੇ ਲਈ ਜਾਂ ਚਾਰ ਹੈ ਇਸ਼ਾਰਾ ਜ਼ਰੂਰ ਕਰਦੇ ਨੇ ਪੈਰ ਜਿਹੜੇ ਕਹਿੰਦੇ ਗਰਾਊਂਡ ਦੇ ਵਿੱਚ ਬਾਉਂਡਰੀ ਹੈ ਜਾਂ ਛੇ ਹੈ ਆਓ ਛੇ ਦੇ ਇਸ਼ਾਰੇ ਆ ਗਏ ਹੈ ਰਨ ਕਹਿੰਦੇ ਛੇ ਜੁੜ ਗਏ ਹੈ ਝੋੜਾ ਵਾਲੇ ਕਾਕੇ ਦਾ ਕਹਿੰਦੇ ਧੰਨਵਾਦ ਜਿਹੜਾ ਪਾਣੀ ਦੀ ਵੱਡੀ ਸੇਵਾ ਸਾਂਭ ਰਿਹਾ ਵੱਖ ਵੱਖ ਖੇਡ ਮੇਲੇ ਦੇ ਉੱਤੇ ਜਾ ਕੇ ਇਹਨਾਂ ਖਿਡਾਰੀਆਂ ਦੀ ਤਾਂ ਕਹਿੰਦੇ ਇੱਕ ਵੱਡੀ ਸੇਵਾ ਸਾਂਭਦਾ ਹੈ ਬਹੁਤ ਵੱਡਾ ਧੰਨਵਾਦ ਸਾਡੇ ਵੀਰਾਂ ਦਾ ਨਾਲ ਕਹਿੰਦੇ ਰਾਜੇ ਦਾ ਭਰਾ ਸਾਡਾ ਤੇ ਫਤੂਈ ਖੇੜੇ ਪਿੰਡ ਦੇ ਰਾਜੇ ਦੇ ਤਾਂ ਕਹਿਣੇ ਕੀ ਹੈ ਵੱਡਾ ਧੰਨਵਾਦ ਸਾਡੇ ਭਰਾਵਾਂ ਦਾ ਜਿਹੜੇ ਭਰਾ ਸਾਡੇ ਜ਼ਿੰਮੇਵਾਰੀਆਂ ਸਾਂਭ ਰਹੇ ਖੇਡ ਮੇਲੇ ਦੀ ਹੈ ਰਾਜਪੁਰ ਵਾਲੇ ਮੁੰਡੇ ਦੀ ਕਹਿੰਦੇ ਇੱਕ ਵੱਡੀ ਤਪੱਸਿਆ ਹੈ ਕਿਉਂਕਿ ਧੁੱਪ ਤੇ ਗਰਮੀ ਵੀ ਜਿਹੜੀ ਬਹੁਤ ਹੈ ਤੇ ਕਹਿੰਦੇ ਮੇਲਾ ਲਾਈਵ ਹੋ ਰਿਹਾ ਹੈ ਇੱਥੇ ਰੱਖ ਭਾਈ ਕਿਹੜਾ ਜਦੋਂ ਕਿਸਮਤ ਹੋਵੇ ਨਾ ਝੋਡੋ ਫਿਰ ਕੀ ਕਰੋ ਬਾਉਣ ਵੇਟੇ ਦੁੱਧੋ ਆਓ ਸਾਹਮਣੇ ਦੇਖਾਂਗੇ ਰਣ ਜਿਹੜੇ ਕਹਿੰਦੇ ਜੁੜ ਚੁੱਕੇ ਹੈ ਲੈ ਟਾਰਗੇਟ ਦੱਸੀ ਵੀਰੇ ਕਿੰਨੇ ਦਾ ਹੈ ਜਿਹੜੇ 87 ਰਨ ਦਾ ਟਾਰਗੇਟ ਹੈ ਜਿਹੜੇ 86 ਰਨ ਬਣੇ ਨੇ ਤੇ 87 ਦਾ ਕਹਿੰਦੇ ਟਾਰਗੇਟ ਹੈ ਬਾਈ ਕਹਿੰਦਾ 13 ਘੱਟਦੇ 100 ਮਾਰਨ ਵਾਲੇ ਵੀ ਜਾਣ ਵਾਲੀ ਹੈ 13 ਘੱਟ ਤੇ 100 ਮਾਰਨਾ ਕਹਿੰਦੇ ਜਿੱਤਣ ਦੇ ਲਈ ਬਾਲਾਂ 30 ਪੈਣੀ ਹੈ ਪਰ ਛੱਕੇ ਜਿਹੜੇ ਗੋਰੇ 14.5 ਬਣਦੇ ਹੈ ਆਓ ਬਾਲਾਂ 30 ਪੈਣੀ ਹੈ ਪਰ ਛੱਕੇ ਜਿਹੜੇ 14.5 ਬਣਦੇ ਹੈ ਲੈ ਜਲਦੀ ਦੇ ਨਾਲ ਜਿਹੜਾ ਮੈਚ ਆਪਾਂ ਪਲੇ ਕਰ ਦਈਏ ਮੇਰੀ ਬੇੜਦੀ ਹੈ ਜਲਦੀ ਦੇ ਨਾਲ ਟੀਮ ਜਿਹੜੀ ਫੀਲਡਿੰਗ ਉਹ ਸੈੱਟ ਕਰ ਦੇਵੇ ਗਰਾਊਂਡ ਦੇ ਵਿੱਚ ਮੁੰਡੇ ਪਾਂਜੀ ਦੀ ਧਰਤੀ ਦੇ ਜਿਹੜੀ ਫੀਲਡਿੰਗ ਉਹ ਸੈੱਟ ਕਰ ਦੇਣਗੇ ਗਰਾਊਂਡ ਦੇ ਵਿੱਚ ਮੇਰੀ ਬੇੜਦੀ ਹੈ ਸਾਡੇ ਵੀਰਾਂ ਨੂੰ ਉਹਦਾ ਨਾਂ ਰਵਿੰਦਰ ਹੀ ਸੀ ਨਾ ਉਹ ਸਮਾਨ ਖੇਡੇ ਵਾਲਾ ਲੈਫਟੀ ਦਾ ਮਾੜਾ ਜਿਹਾ ਇੱਥੇ ਪਾਈ ਇੱਧਰ ਉਂਗਲਾਂ ਡੱਬੋ 5/87 ਦਾ ਟਾਰਗੇਟ ਹੈ ਵੀਰੇ ਚੱਕੋ ਜੀ ਵੀਰਾ ਗੰਗਾਨਗਰ ਦਾ ਪੰਜ ਹੀ ਆਣਿਆਂ ਦੀ ਬਾਲ ਵਾਲੀ ਕੈਂਟ ਹੈ ਉੱਥੇ ਰੱਖ ਦੇ ਦਿਓ ਪਾਣੀ ਦੋ ਖੜੀ ਇਹ ਵੀ ਖੜੀ ਜਲਦੀ ਦੇ ਨਾਲ ਹਾਂ ਦੁੱਗਾ ਵਾਲਾ ਆਇਆ ਮਿਲਣਾ ਤਾਂ ਆਇਆ ਜੱਫੀ ਪਵਾ ਦਿੰਦਾ ਗੁਰੇ ਯਾਰ ਅੰਬਰ ਦਾ ਫੋਨ ਅੰਦਰ ਗੱਡੀ ਦੇ ਅੰਦਰ ਪਿਆ ਗਏ ਸ਼ਾਹ ਤੱਕ
नहीं इतने सुखता ही नहीं गिला ही नहीं हों चाहे दो घंटे मीह आ जाए ला मैं कहते शुरुआत जी कर दी जल्दी के नाल मेरी बेनती है भरावान नूं जल्दी दे नाल जिहड़ा मैच उह प्ले कर दी आप हाँ ला उस सामने देखेंगे अंबर आ गया ते नाल कहिंदे गोरा आ गया खेल दे मैदानां दे विच पर पहला ओवर पाउण लई कहिंदे मंथन कहिंदे तैयार बर तैयार खांड लवाने दी धरती दा कहिंदे ग्राउंड दे विच ला उस सामने देखेंगे मुकाबले दी कहिंदे शुरुआतां जिहड़ी आउणगीआं आओ खेड दे मैदान दे विच कि जिहड़ा तीर निशाने खुंझ जाए उह काहदा हथियार उहदी जित यकीनन दोस्तो जेड़ा पहला कर दे वार ओदी जित हमेशा दोस्तों जेड़ा पहला कर दे वार ते जंग जितने के लिए सूरमा हरदम रहे तैयार लाओ सामने पहली बार खांड लवाने की धरती रख के मंथन बाल पाने के लिए तैयार वर तैयार है आ मुंडे रख के ज्यों वाला पिंड है लाओ सामने पहली बार कहते पैरी है आओ खेड के मैदान देखेंगे वाइड बाल के फैसले ते प्लस कहते ग्राउंड के आओ की फैसले होणगे बन बाउस दे इशारे भी आ गए है कि बाल आप देखेंगे वाइड हो गई है प्लस बन बाउस दे इशारे है बाल पाउण दे लई कहिंदे खिडारी तैयार वर तैयार है लाओ सामने खांड लवाने की धरती का कहिंदे मंथन बाल पाउण दे लई कहिंदे तैयार वर तैयार है ज्यौण वाली आ गल तां तेरे ते खड़ी है पैगी बाल आओ सामने खेड दिता शॉट रन देखेंगे आप एक दे कहिंदे वाधे जिहड़े कहिंदे कर दिते मुंडे ने दूधिया कहना बेस्ट ऑफ लक कहते गोरे नो आओ सामने देखेंगे आओ मुंडा कहते गोरा आ गया है भाई किरे की धरती का कहते ग्राउंड है बाल पाने लिए कहते मंथन कहते तैयार बर तैयार है लाओ सामने खेड के मैदान आप देखेंगे मुंडा कहते खांड लवाने की धरती रहा है पर आ कहते गोरा है आओ भाई किरे पिंड है लाओ सामने पैगी बाल की ट्राई है आओ बाल कहते हवा दे पर फील्डर जरा मौजूद है रन एक दे कहते वादे लाओ सामने खेड के मैदान कहते कर दते मुंडे ने एक स्कोर दे कहते वादे लाओ सामने कहते कर दते खिलाड़ी ने जेडे 86 बने है ते 87 का कहते टारगेट जेड़ा कहते सैट कहते कीता है मुंडे ने बाल पाउण दे लई कहते फेर आओ मंथन कहते तैयार बर तैयार है मुंडा देखेंगे खांड लवाने की धरती है लै जाण वाली आ के दुश्मन ना पंगा लईए आओ मुड़ के ना फिर ढिले पईए नक दे विच दम करके रहिए एक वारी लंघिया वेला आ मुड़के तारिया मारो जोरदार आओ ज्यौण वाली है फिर एक नाल कर दिती है साढ़े नौ मोटरसाइकिल इसे आए है एक बुलट मोटरसाइकिल का जेतू है एक गड्डी कहते भैनी बागे जो जीती मुंडे ने जिन्हें भी मोटरसाइकिल जिते है सारे नवे नवे जिते है बाल कहते फेर पै रही है एक खाटा वाले भी कहते पता है कि जिन्ना चिर जाने वाली आ रहा यह तंग करो एक गल जी पक्की है ला खाटा वाला तगड़ा आया लाओ आओ सामने देखेंगे कमाल कर दिती है खाटा वाले जे मारे आना ते खाने भी पैण गए आओ नरक स्वर्ग इत है यह देने लेने का दसवादा है तो दे के जाना पैना है जे मारे तो खाने भी पैण गए आओ नरक स्वर्ग इत है तो ज्यौन वाली अगे ने फिट होके आया है बाल कहते फेर पै रही है आओ खेड़ के मैदान है लाइव जी दुनिया कहते तक रही है मेले नो आओ सामने बाल कहते मंथन की पै रही है तो गंगा नगरी भज गया है वे कोल आओ सामने के तगड़ा आया खाटा आ रहा है आओ तगड़ा आया खाटा आ रहा है लाओ सामने ज्यौन वाली है आओ कहते अंबर तैयार बर तैयार है 87 का कहते टारगेट है पर मेला कहते 31,000 रहा है पैगी बाल ओ वाह ओए अंबर इतो रख भाई यार ये काम लोड अंबर ने तारियां मार दे जोरदार आओ तीजा छका है मैं दस्या है जिन्ने चिर ज्यौन वाली आ रहा ना पिच ते ते कल्ले कल्ले दे झगे ना बेच लो एक गल जी पक्की है क्योंकि इंचीडे बनार चक्की फरदा जाने वाली है लाओ सामने देखेंगे रन जे छे आओ कहते जोड़ दते है लै खाटा लिया जेड़ा कुछ संगराने ओदा गुस्सा खाई बैठा जाने वाली है जेड़ा कुछ संगराने होया है ओदा ओदा गुस्सा खाई बैठा है लाओ सामने की है ट्राई पर एक रन दे कहते वादे आओ सामने कहते कर दते मुंडे ने अपनी कहते टीम ने खेल के मैदान के उधर खुश कहते भरा सा कनेडा के भी कहते लाइव तक रहा है प्रगटता कहते वीर है उधर बाई बन गया है पहले ओवर की समाप्ति तो बाद जेड़े बाई रन कहते बन चुके हैं
और खेड के मैदान आप देखेंगे मेला कहते चोटी अगर दुनिया कहते सवाल लै रही है आज देखिए मेले का है और खेड के मैदान सतीश आ गया है अगला फिर पाने लिए मुझे पांच ही पिंड है सतीश आ गया है जी ने कहते अगला ओवर पाना है आओ खेड के मैदान आप देखेंगे ज्यौन आ रही है कहते अंबर है लाओ सामने कहते तैयार फिर तैयार है खेड के मैदान है बाल कहते सतीश की पैरी है सतासी का कहते टारगेट है ते बाई बन गया पहले ओवर है लाओ सामने देखेंगे बाल कहते फिर पैरी है सारी उम्र सेवा दे तख्ती दे ची करती और धारी सालां च जाके रब जी ने पाया से बिजली कुचे दे विच बंद कीती फिर शक्कर दा मीं वरसाया से दुश्मन तारे बेख सब आप कावां तों मां सिखवाया से कोट सुखी आ रहा जिथे तू जमे है वह बाबे फरीद ने शहर वसाया से कोट सुखी आ रहा जिथे तू जमे है वह बाबे फरीद ने शहर वसाया से जेडी धरती ने कहते 21-22 सितंबर भारी मेला भर रहा है पर पांच ही आ रहा है और तगड़ा के आना पैना है क्योंकि ज्यौन वाली वेर लगना है पूरा तगड़ा मैच चढ़गी आओ गड्डी आउटलेट दे चढ़गी लाओ सामने कमाला हो रही अड़े आओ खेड़ दे मैदान दे विच पहला उन्होंने नहीं कोई ग्राउंड च डिगन दिती ते हुण जाण वाली नहीं डिगन दिंदा है लाओ सामने देखेंगे कमाला हो रही है भाजी कहिंदे बराबर दी मोड़दा है आओ खेड़ दे मैदान दे विच जाण वाली है खेड़ दे मैदानां दे विच आपां देखेंगे इक मजाजन हथ रखदी तेरे मोढ़े ते खब्बा गोडा रख बैंदी सज्जे गोडे ते ते तैनूं राह जांदी नूं ना सारिया तू की जानेगा तेरी फिक दीवा ना बाल फिर तू की जानेगा बाल कहते फिर पैरी है तेती रण कहते बन गया है आओ सामने देखेंगे चरंजा रह गया है पैगी बाल आओ सामने कहते ट्राई कहते वड्डी है पर कहता खड़ जा गोरिया है आओ खड़ जा गोरिया है लाओ सामने देखेंगे बाल कहते फिर पैरी है सतीश जी कहते ग्राउंड के 500 बंदा कहते लाइव के जरिए आओ मेले कहते ताकदा ग्राउंड है कि दुनिया सवाल चाहती है सवाल कहते पूरा मेले का है मनीष कहते बार बार समझा मुंडे कि तगड़ा आया आओ गंगा नगरी है सामने फरीदकोटी है आओ मुंडा कहते पूरा फे पाया फिर रहा है बार बार दिल कहते सतीश कहते तैयार बर तैयार है लाओ सामने पेगी बाल उधर कहते अंबर की ट्राई है आओ खेड के मैदान आप देखेंगे आओ रण जे चार कहते वादे जेड़े कहते कर दिते मुंडे जेड़े 36 बन गए है वादा स्कोर आप देखेंगे आओ खेड के मैदान मुंडे वाले मुंडे फरीदकोटी है तेरी अखा दे शरारत नचदी है आओ मुंडे वाले मुंडे फरीदकोटी है तेरी बुला दे शरारत नचदी है बार कहते फिर सतीश की पैरी है खेड के मैदान है आओ ज्यौन वाली है कहते सामने आओ कर रहा ट्राई सोनू सोनू आओ गड्डी मछली जाल जा है ज्यौन वाली है कहते मोड़ दिता है आओ खेड के मैदान गड्डी विकट की प्राप्ति हुई है जेड़ी कहते ग्राउंड 50 रह गए है आओ 50 गण बाकी ने जेड़ी कहते जितने लिए बाला कहते पैरियां ने आओ खेड के मैदान के बिच है मुड़ गए असी चादर विछाउंदे रह गए झाड़ के आ सज्जन गवांढी मुड़ गए लाओ सामने कहते कमाला हुई है जेड़िया कहते ग्राउंड जिन्ना च रहा पिट दे करोलियां कहते पांच ही वाले आई है आओ सामने देखेंगे मोड़ दिता है कहते सतीश ने ग्राउंड एक बड़ी विकट की प्राप्ति हुई है आ पाची का कहते भाई किरा पिंड है जेड़ा कहते सामने कहते कर रहा है खेड के मैदान आप देखेंगे ये आ पाची कहते भाई किरे पिंड है लाओ सामने खेड के मैदान है बार पाने लिए कहते फेर लाओ सामने सतीश कहते तैयार है ट्राई कहते वड्डी है एक होर मोड़ दिता है आओ सामने देखेंगे ग्राउंड दे एक होर मोड़ दिता मुंडे ने 18 बालों से 51 रह गए आओ कहते जितने लिए 18 बालों से 51 रन जेड़े
ਉਹ ਕਹਿੰਦੇ ਬਾਕੀ ਨੇ ਗਰਾਊਂਡ ਦੇ ਵਿੱਚ 36 ਉਹਨਾਂ ਦੇ ਸੀ ਤੇ 36 ਉਹਨਾਂ ਦੇ ਬਣ ਗਏ ਦੋ ਰਾਂਜ ਤੇ 18 ਤੇ 51 ਰਹਿੰਦੇ ਐ ਮੈਚ ਇੱਕਿਆਂ ਦੇ ਜਿੱਤਣ ਲਈ ਓਏ ਧੋਲੀਏ ਜਿਹੜੇ 51 ਰਨ ਕਹਿੰਦੇ ਬਾਕੀ ਦੇ ਆਹ ਖੇਡ ਦੇ ਮੈਦਾਨ ਦੇ ਵਿੱਚ ਆਪਾਂ ਦੇਖਾਂਗੇ ਅਗਲਾ ਆਵਰ ਪਾਉਣ ਲਈ ਕਹਿੰਦੇ ਮੇਰੇ YouTube ਤੇ ਸਾਦ ਵੱਡੇ ਕੈਮਰੇ ਲਾਉਣੇ ਪੈਂਦੇ ਆ ਜੀ ਖੇਡ ਦੇ ਮੈਦਾਨ ਦੇ ਵਿੱਚ ਆਪਾਂ ਦੇਖਾਂਗੇ ਮੁੰਡਾ ਕਹਿੰਦੇ 5 ਦੀ ਧਰਤੀ ਦਾ ਲੈਪਟਾਪ ਵਗੈਰਾ ਲਿਆਉਣਾ ਪੈਂਦਾ ਹੈ ਅਗਲਾ ਆਵਰ ਪਾਉਣਾ ਹੈ ਆਪਣੀ ਕਹਿੰਦੇ ਟੀਮ ਦੇ ਲਈ ਗਰਾਊਂਡ ਦੇ ਵਿੱਚ ਲਾਓ ਸਾਹਮਣੇ ਮਨੀਸ਼ ਆ ਗਿਆ ਹੈ ਖੇਡ ਦੇ ਮੈਦਾਨ ਦੇ ਵਿੱਚ ਆਪਾਂ ਦੇਖਾਂਗੇ ਆਹ ਅਗਲਾ ਆਵਰ ਪਾਉਣ ਲਈ ਕਹਿੰਦੇ ਆਪਣੀ ਟੀਮ ਦੇ ਲਈ ਸਾਹਮਣੇ ਕਹਿੰਦੇ ਗੋਰਾ ਕਹਿੰਦੇ ਤਿਆਰ ਵਰ ਤਿਆਰ ਹੈ ਆਹ ਖੇਡ ਦੇ ਮੈਦਾਨ ਦੇ ਵਿੱਚ ਜਿਹੜਾ ਕਹਿੰਦੇ ਸਟ੍ਰਾਈਕ ਕਹਿੰਦੇ ਕਰਦਾ ਆਇਆ ਹੈ ਤੇ 5 ਹੀ ਪਿੰਡ ਦਾ ਕਹਿੰਦੇ ਮਨੀਸ਼ ਬਾਲ ਪਾਉਣ ਦੇ ਲਈ ਵਾਧ ਆਇਆ 18 ਬਾਲਾਂ 51 ਰਹਿ ਗਏ 18 ਬਾਲਾਂ ਦੇ 51 ਰਹਿ ਗਏ ਵੀਰੇ 30 ਰਨ ਕਹਿੰਦੇ ਬਣ ਗਏ ਨੇ ਜਿਹੜੇ ਦੋ ਓਵਰਾਂ ਤੋਂ ਬਾਅਦ ਤੇ 18 ਤੇ 51 ਰਹਿ ਗਏ ਹੈ ਬਾਲ ਕਹਿੰਦੇ ਪਾਉਣ ਦੇ ਲਈ ਆਹ ਮਨੀਸ਼ ਕਹਿੰਦੇ ਵਾਧ ਆਇਆ ਹੈ ਹੌਲੀ ਹੌਲੀ ਕਹਿੰਦੇ ਤਰਕਾਲਾਂ ਢਲਦੀਆਂ ਜਾਂਦੀਆਂ ਹੈ ਤੇ ਫੈਸਲੇ ਕਹਿੰਦੇ ਓ ਵਾਹ ਓਏ ਭਾਈ ਕਿਹੜੇ ਵਾਲਿਆ ਸਾਹਮਣੇ ਦੇਖਾਂਗੇ ਬਾਲ ਪਾਉਣ ਦੇ ਲਈ ਮੁੰਡਾ ਕਹਿੰਦੇ ਤਿਆਰ ਫਰ ਤਿਆਰ ਹੈ ਪਰਾ ਰਣ ਕਹਿੰਦੇ 6 ਇਹ ਗੋਰੇ ਦਾ ਕਹਿੰਦੇ ਭਾਈ ਕਿਹੜਾ ਪਿੰਡ ਹੈ ਵੀਰੇ ਪਹਿਲੀ ਤੇ ਕਮਾਲ ਕਰ ਦਿੱਤੀ ਹੈ ਲੈ ਗੋਰੇ ਬਾਲਾਂ 17 ਨੇ ਰਣ 45 ਰਹਿ ਗਏ ਆਹ ਕਹਿੰਦੇ ਜਿੱਤਣ ਦੇ ਲਈ ਛੱਕੇ 7 ਬਣਦੇ ਹੈ ਲਾਓ ਸਾਹਮਣੇ ਮਨੀਸ਼ ਕਹਿੰਦੇ ਬਾਲ ਪਾਉਣ ਦੇ ਲਈ ਕਹਿੰਦੇ ਸਾਧ ਆਇਆ ਤੇ ਸਾਹਮਣੇ ਗੋਰੇ ਨੇ ਕਹਿੰਦੇ ਟਰਾਈ ਕੀਤੀ ਹੈ ਖੇਡ ਦਿੱਤਾ ਸ਼ਾਟ ਰਣ ਕਹਿੰਦੇ ਇੱਕ ਦੇ ਵਾਧੇ ਲਾਓ ਸਾਹਮਣੇ ਕਹਿੰਦੇ ਕਰ ਦਿੱਤੇ ਮੁੰਡੇ ਨੇ ਬਾਲਾ 16 ਆਓ ਰਣ 44 ਨਹੀਂ ਨਹੀਂ ਜਿੰਨਾ ਮਰਜੀ ਮੀਂਹ ਆ ਜਾਵੇ ਵੀਰੇ ਇੱਥੇ ਬਲਜਿੰਦਰ ਆ ਗਿਆ ਆਓ ਮੁੰਡਾ ਭਾਈ ਕਿਹੜੇ ਪਿੰਡ ਦਾ ਹੈ ਬਲਜਿੰਦਰ ਕਹਿੰਦੇ ਸਟ੍ਰਾਈਕ ਕਹਿੰਦੇ ਕਰ ਰਿਹਾ ਹੈ ਖੇਡ ਦੇ ਮੈਦਾਨ ਦੇ ਵਿੱਚ ਆਪਾਂ ਦੇਖਾਂਗੇ ਦੁਨੀਆ ਕਹਿੰਦੇ ਤੱਕਦੀ ਹੈ ਮੇਲੇ ਨੂੰ ਇੱਥੇ ਜਿੰਨਾ ਮਰਜੀ ਮੀਂਹ ਆ ਜਾਵੇ ਵੀਰੇ 10 ਮਿੰਟ ਆ ਬਾ ਮੈਚ ਚੱਲ ਪੈਣਗੇ ਕਿਹੜਾ ਖਿਡਾਰੀ ਬੱਲੇ ਬੱਲੇ ਕਰਾਉਂਦਾ ਹੈ ਲਾ ਪੈਗੀ ਵਾਲ ਮਰੀਜ਼ ਦੀ ਉੱਪਰ ਬਲਜਿੰਦਰ ਆਓ ਬਲਜਿੰਦਰ ਆ ਭਾਈ ਕਿਹੜੇ ਪਿੰਡ ਦਾ ਜਿਹੜਾ ਆਉਂਦਾ ਹੈ ਤੇ ਥਾਰ ਸਾਰੀ ਕਰਾਉਂਦਾ ਹੈ ਆਓ ਸਾਹਮਣੇ ਰਾਣੇ 6 ਨੇ 6 ਖੇਡ ਦੇ ਮੈਦਾਨ ਦੇ ਵਿੱਚ ਹੈ ਕਿ ਨੱਚਣ ਮੈਂ ਨੱਚਣ ਬਥੇਰਾ ਜਾਣਦੇ ਪਰ ਮੇਰਾ ਖਾਲਸਾ ਨੱਚਣ ਨਾ ਦੇਵੇ ਆਓ ਨੱਚਣ ਮੈਂ ਨੱਚਣ ਬਥੇਰਾ ਜਾਣਦੇ ਪਰ ਮੇਰਾ ਖਾਲਸਾ ਨੱਚਣ ਨਾ ਦੇਵੇ 15 ਬਾਲਾਂ 38 ਰਹਿ ਗਏ ਆਓ ਕਿਹਦੇ ਜਿੱਤਣ ਦੇ ਲਈ ਗੰਗਾ ਨਗਰੀਆ ਹੌਲੀ ਹੌਲੀ ਕੰਮ ਨੇੜੇ ਕਰੀ ਆਉਂਦੇ ਮੁੰਡੇ ਪੈਗੀ ਬਾਲ ਆਓ ਸਾਹਮਣੇ ਬਾਲ ਹੁਣ ਟਿਕਾਣੇ ਦੀ ਹੈ ਆਓ ਖੇਡ ਦੇ ਮੈਦਾਨ ਦੇ ਵਿੱਚ ਹੈ ਬਾਲ ਕਹਿੰਦੇ ਦੌੜ ਪੈ ਗਈ ਹੈ ਜਿਹੜੀ ਕਹਿੰਦੇ ਗਰਾਊਂਡ ਦੇ ਵਿੱਚ ਹੈ ਆਓ 14 ਬਾਲਾਂ ਤੇ 36 ਰਨ ਜਿਹੜੇ ਕਹਿੰਦੇ ਬਾਕੀ ਨੇ ਗਰਾਊਂਡ ਦੇ ਵਿੱਚ ਹੈ ਆ 2 ਬਾਲਾਂ ਤੇ ਲੈ ਭਾਈ ਕਿਹੜਾ ਇੱਕ ਛੱਕਾ ਦਾ ਚਾਹੀਦਾ ਹੀ ਚਾਹੀਦਾ ਹੈ ਪੈਗੀ ਬਾਲ ਆਓ ਸਾਹਮਣੇ ਕੀਤੀ ਟਰਾਈ ਹੈ ਖੇਡ ਦਿੱਤਾ ਸ਼ਾਟ ਹੈ ਫਿਲਡਰ ਮਯੂਰ ਹੈ ਇੱਕ ਦੋ ਦੂਜੇ ਲਈ ਕਹਿੰਦੇ ਭੱਜ ਤੁਰਿਆ ਮੁੰਡਾ ਹੈ ਤੇ 2 ਰਨ ਆ ਗਏ ਹੈ ਲਾਓ ਸਾਹਮਣੇ 36 ਰਹਿ ਗਏ ਆਓ ਖੇਡ ਦੇ ਮੈਦਾਨ ਦੇ ਵਿੱਚ ਹੈ ਬਾਲਾਂ 13 ਪੈਣੀ ਹੈ ਲੈ ਭਾਈ ਕਿਹੜੇ ਆ ਰਿਹਾ ਤੇ ਛੱਕੇ 6 ਰਹਿ ਗਏ ਹੈ ਆਓ ਕਿਹਦੇ ਗਰਾਊਂਡ ਦੇ ਵਿੱਚ ਹੈ ਤੇ ਗੰਗਾ ਨਗਰੀ ਅਮਰੀਸ਼ ਆਓ ਬਾਲ ਪਾਉਣ ਦੇ ਲਈ ਕਹਿੰਦੇ ਫਿਰ ਤਿਆਰ ਹੈ ਤੇ ਦੂਜੇ ਪਾਸੇ ਕਹਿੰਦੇ ਖੇਡ ਦਿੱਤਾ ਸ਼ਾਟ ਬਲਜਿੰਦਰ ਨੇ ਰਨ ਆਪਾਂ ਦੇਖਾਂਗੇ ਇੱਕ ਦੇ ਵਾਧੇ ਜਿਹੜੇ ਕਹਿੰਦੇ ਕਰ ਦਿੱਤੇ ਖਿਡਾਰੀ ਨੇ ਆਓ ਖੇਡ ਦੇ ਮੈਦਾਨਾਂ ਦੇ ਵਿੱਚ ਲਾਓ ਸਾਹਮਣੇ ਕਮਾਲ ਕਹਿੰਦੇ ਹੋ ਗਈ ਹੈ ਤੇ ਕਹਿੰਦੇ ਬਲਜਿੰਦਰ ਰਨ ਆਊਟ ਹੋ ਕੇ ਵਾਪਸ ਹੈ ਨਹੀਂ ਵੀਰੇ ਕਾਪਾ ਨਹੀਂ ਆਇਆ ਸਭ ਕਾਪਾ ਹਰ ਗਿਆ ਢਾਬਾ ਜੇ ਸੀਗਾ 35 ਰਹਿ ਗਏ ਆਓ ਕਹਿੰਦੇ ਜਿੱਤਣ ਦੇ ਲਈ ਜਿਹੜੇ 35 ਰਨ ਕਹਿੰਦੇ ਬਾਕੀ ਨੇ ਖੇਡ ਦੇ ਮੈਦਾਨ ਦੇ ਵਿੱਚ ਲਾਓ 12 ਜੇ 35 ਰਹਿ ਗਏ ਵੀਰੇ ਤੇ ਬਲਜਿੰਦਰ ਨੂੰ ਕਹਿੰਦੇ ਮੁੜਨਾ ਪੈ ਗਿਆ 12 ਬਾਲਾਂ 12 ਜੇ 35 ਰਹਿ ਗਏ ਗੋਰੇ ਹੈ ਇਹਨਾਂ ਨੂੰ ਪਹੁੰਚਦੇ ਕਰਦੀ ਜੀ ਇਹਨਾਂ ਦਾ ਇੱਕ ਇਨਰ ਲੈਫਟ ਹੈਂਡ ਦਾ ਹਾਂਜੀ ਵੀਰੇ ਫਾਈਨਲ ਡੇ ਹੈ ਜੀ ਅੱਜ ਲਓ ਸਾਹਮਣੇ ਦੇਖਾਂਗੇ ਅਗਲੇ ਵਾਰ ਦੀਆਂ ਸ਼ੁਰੂਆਤਾਂ ਜਿਹੜੀਆਂ ਆਉਣਗੀਆਂ 12 ਬੋਲਾਂ 35 ਰਹਿ ਗਏ ਵੀਰੇ ਅਗਲਾ ਓਵਰ ਪਾਉਣ ਦੇ ਲਈ ਕਹਿੰਦੇ ਸਤੀਸ਼ ਕਹਿੰਦੇ 87 ਦਾ ਟਾਰਗੇਟ ਹੈ ਵੰਸ਼ ਖੁਰਾਨਾ ਆਹ ਖੇਡ ਦੇ ਮੈਦਾਨ ਦੇ ਵਿੱਚ 12 ਬਾਲਾਂ ਨੇ ਤੇ 35 ਰਹਿੰਦੇ ਲੈ ਵੀ ਭਾਈ ਕਿਰੇ ਵਾਲੇ ਹੈ ਇਹ ਪੀਤਾ ਮੁੰਡਾ ਭਾਈ ਕਿਰੇ ਪਿੰਡ ਦਾ ਜਿਹੜਾ ਕਹਿੰਦੇ ਸਾਹਮਣੇ ਕਹਿੰਦੇ ਕਰਦਾ ਹੈ ਇਹ ਪੀਤਾ ਹੈ
भाई केरे पिंड का है खेड़ मैदान लाओ सामने सतीश बाल पाने तैयार है जेडिया टीम ने प्रशादा पानी छकना ना वीरे टीमों के खिलाड़ी पर्चिया जी लैजन स्टेज तो लंगर दी है गुरुद्वारा साहब जाके प्रशादा पानी छक लैन आओ छड़ दिता कैच भाई कहते प्रशादा पानी आ गया सामने पहली बाल ते लै गोरा जिम्मेवारियां वड्डियां है बाला 11 ने चाहिए जीते जे क्वार्टर खेलना है इत्थे बल्ले बल्ले कराउणी पैणी है लाओ सामने पैगी बाल ते बाल आप देखेंगे डॉट पैगी है कहते ग्राउंड के बीच 10 बालों से 34 रहेगी लाओ सामने देखेंगे बाल पाने लिए फिर सतीश कहते तैयार पर तैयार है पर दूजे पासे कहते वरोला है लै गोरिया वरोला वाले काम भी करने पैणगे बालों दिया चिड़िया बनाया पैनगियां लोगों ने फिर मनना है लाओ सामने पैगी बाल फिर स्टीव दी गोरा 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 भाई गिरे पिंड है रण कहते चार जेडे कहते जोर दिते मुंडे ने आपकी कहते टीम दे जेडे चार स्कोर दे कहते वादे लाओ सामने देखेंगे कर दिते है 30 रह गए जितने लिए बाला 9 है पर छके 5 ने गोरिया है आओ बाला 9 ने आ तीन से घट्टो घट वोट पाउनिया पैणगी है पर पांच वाला कहता है इतने मैच मोड़ देना है आओ पांच वाला कहता है इतने मैच मोड़ देना है 8 बालों से 5 छके रहते हैं आ 2 बालों से मैच लड़ी गोरिया है आ 2 बालों से आओ सारी की सारी गल खड़ी मैच दे जेड़ी कहते ग्राउंड के बाल पाने लिए कहते फिर आओ सतीश कहते तैयार है खेड़ दे मैदान दे विच है ते दूजे पासे कहते गोरा है बाल 8 है आओ छके 5 जेड़े बाकी आओ सतीश है बाल सिरे दी है जेड़ी है कहते ग्राउंड के 7 बालों के 5 छके रह गए मैच कहते जितने दे लई बाल 7 ने पर छके जेड़े 5 चाहिए है आओ मैच कहते जितने लिए टीम जेड़े कहते ग्राउंड शिंदी आ गया है आओ गोरे का वीर आ गया है जेड़ा कहते ग्राउंड जेड़ी जित गई समान फिर क्वार्टर खेलना है लाओ सामने बाल पाने लिए फिर मुंडा कहते तैयार फिर तैयार है खेड़ मैदान सतीश दियां बालां पै रही ने त्या कहते शिंदी आ गया है आओ खेड़ मैदान भाई घेरे पिंड है बाला जिहड़ियां 6 है आओ 7 दे विच 5 छके चाहिए है आ बाल दे फैसले आओ कहने मैच दे नेड़े होणगे आ बाल दे वाओ इस टीम फैसले जिहड़े होणगे लै वी जिहड़े जिहड़े स्टीज दीआं बालां वधिया लगीआं तारियां मार दे जोर जोर मुंडे दे नाल तेर कुणाल दीआं बालां आओ मुंडा 5 ही पिंड दा जिहड़ा सतीश कहिंदे कर गिआ है जिहड़े 5 छके आओ 6 बालां दे बाकी रे डॉक्टर है लास्ट क्वार्टर है 2 घंटे बाद मुंडा 5 ही पिंड है बाला 6 छके जेडे 5 रेंदे जितण दे लई आओ खेड़ दे मैदानां दे विच पर ओवर कहिंदे थोड़ा चेंज कीता गया सोनू ने लाल पाउणी है आओ खेड़ दे मैदान दे विच देखेंगे 5 ही पिंड दा सोनू अगले ओवर दीआं शुरुआतां करन दे लई कहिंदे तैयार बर तैयार है मटीली ते सियावलपुर दी टीम मटीली ते सियावलपुर अगला मैच है मटीली सियावलपुर दी टीम जिहड़ियां नेड़े आ जाण मेरी बेनती है भरावां नूं इस तों अगला मैच जिहड़ा टीम दा खेड है ना सियावलपुर दी टीम अपने फील्डर पूरे कर लवे जिहड़ी अगले मैच दे लई बेनती है भरावां नूं ऐन तरमाले वाले मुंडे दे चर्चे होणगे
लाती त्या छे बाला पांच छके पहले भी ट्राई वड्डी आओ पहला बज गया है पांच बाला चार छके रह गए जे पीतिया बज गए ना ते गल्ला हो गई है पर पांच अजे खा गया ना ते सारे का पिछे झक नू जी नहीं करना एक गल जिहड़ी पक्की है पांच बाला दे चार छके ने आओ खेड दे मैदान दे विच सोनू बाल पाउण लई तैयार है खेड दे मैदान दे विच आपां देखीए ते भाई गिरे पिंड दा कहिंदे पीता जेड़ा कहिंदे भरिया पीता फिरदा है लाओ सामने पांच बाला दे चार छके हुण जिहड़े बाकी ने बाल कहिंदे सोनू दी पैरी है दूजे दी ट्राई आओ कमाल हुंदी रन चार ने चार खेड दे मैदान दे विच आओ चल पिया काम ते भी रह गए चार बालों से आओ केड़े जितण दे लई चार बालों से भी रह गए मैच केड़े जितण दे लई आओ खंडा खड़काता भाई घेरे वाले ने केड़े ग्राउंड दे विच ते बार पाउण लई कहिंदे सोनू कहिंदे वध आया है उहने इक टपाउणी है उहने तीन टपाउणी है ला भाई घेरे वाला फिट है पर सोनू ओहदा तकड़ा रहिंदी है बालों से लाओ सामने पै गई बल फिर उधर कहते टाई वी है लाओ सामने खेल दिता शॉट है रन एक दो दूजे की कहते टाई आओ सामने कहते हो गई है ग्राउंड के तीन बालों के तिने छके ने हम तीन बालों से आओ तिने तिने छके चाहिए है मैच कहते जितने वाली टीम बाल कहते सोनू की पैरी है उधर कहते टाई फोर वी है बाल हवा के फील्डर मौजूद है आओ सामने सुनील है जिन्हें कमाल का कैच किया है ते खिलाड़ी कहते उतर के वापस है दो बाला ते अठारह रह गए हैं जेडे कहते जितने के लिए आओ खेड के मैदान के दो बाला ते अठारह रह गए है मैच कहते जितने के लिए जेडिया दो बाला से अठारह रन कहते बाकी ने ग्राउंड के नाल कहते सोनू की पैरी है एक जितगी वीरे पांजी जितगी वीरे अगला मैच है मंडीली मंडी सजावलपुर सजावलपुर मंडीली मंडी।